ਕੀ ਸੋਚਿਆ ਸੀ ਕੀ ਆ ਸੋਚ ਕੇ ਆ ਕੀ ਸੋਚ ਕੇ ਆ ਉਹ ਦੱਸਦਾ ਵੀ ਮੈਂ ਆ ਸੋਚ ਉਸ ਤੋਂ ਬਾਅਦ ਕਾਪੀ ਦਿਖਾਉਂਦਾ ਵੀ ਦੇਖ ਜੇ ਤੂੰ ਸੋਚਿਆ ਜੋ ਤੂੰ ਬੋਲਿਆ ਉਹੀ ਲਿਖਿਆ ਹੋਇਆ ਤੇ ਉਹ ਬੰਦਾ ਕਹਿੰਦਾ ਵੀ ਹਾਂ ਹੁਣ ਇਹਨੂੰ ਐਕਸਪੋਜ਼ ਇੱਕ ਕੁੜੀ ਨੇ ਕਰਤਾ ਜਾਦੂਗਰ ਇਹ ਪਰ ਉਹਨੇ ਦੱਸਿਆ ਵੀ ਇਹ ਇੱਕ ਕਲਾ ਹੈ ਮੈਂ ਪਰ ਲੋਕਾਂ ਨੂੰ ਅੰਧਵਿਸ਼ਵਾਸ ਨਹੀਂ ਭੁਲਾਉਂਦੀ ਲੋਕਾਂ ਨੂੰ ਲੁੱਟਣ ਵਾਸਤੇ ਨਹੀਂ ਵੰਦੇ ਦਰਸ਼ਕਾਂ ਨੂੰ ਅਪੀਲ ਹੈ ਜੇ ਕੋਈ ਕਹਿੰਦਾ ਵੀ ਮੈਂ ਅੱਗ ਬੰਨ ਲੈਣਾ ਤੁਸੀਂ ਇੱਕ ਤਵੀ ਲੈਓ ਦੁੱਲਾ ਲਫ ਦੇ ਉੱਤੇ ਰੱਖੋ ਨੀਚੇ ਅੱਗ ਵਾਲ ਦੋ ਉਹਨੂੰ ਕਹ ਦੇ ਪੰਜ ਮਿੰਟ ਦੇ ਉੱਤੇ ਬੈਠ ਕੇ ਦਿਖਾ ਦੇ ਤੇ ਅੱਗ ਵਰਨ ਕੇ ਨਹੀਂ ਬੈਠ ਸਕਦਾ ਤੇ ਜੇ ਬੈਠੂਗਾ ਤਾਂ 5 ਲੱਖ ਰੁਪਏ ਸਾਡੀ ਸੋਸਾਇਟੀ ਆ ਜਿਹੜੀ ਉਹਨੂੰ ਇਨਾਮ ਦਊ ਫੋਰਟ ਬੈਠੀ ਆ ਬੀਬੀ ਉਹਦੇ ਬੱਚਾ ਹੋਣਾ ਉਹਨੂੰ ਕਹਿੰਦਾ ਵੀ ਦੇਖ ਬੀਬੀ ਆਹ ਫੁੱਲ ਨੂੰ ਤੋੜ ਕੇ ਮੈਂ ਆਪਣੀ ਮੁਠੀ 'ਚ ਬੰਦ ਕਰ ਲਿਆ ਲੈ ਫੁੱਲ ਮੈਂ ਹੁਣ ਤੇਰੀ ਕੁੱਖ ਦੇ ਵਿੱਚ ਸੁੱਟਦਾ ਹੁਣ ਇਹ ਫੁੱਲ ਐ ਜਿਹੜਾ ਤੇਰੀ ਕੁੱਖ 'ਚ ਚੱਲਿਆ ਗਿਆ ਤੇ ਬੜਾ ਕਰਾਮਾਤੀ ਫੁੱਲ ਐ ਹੁਣ ਤੇਰੇ ਮੁੰਡਾ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਕਬਲਜੀਤ ਕੰਬੋਧ ਇਸ ਵੇਲੇ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਮੌਜੂਦ ਹਾਂ ਦੱਸ ਦੇ ਕਿ ਵੈਂਪਰਮ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਵੱਚੁਕੇ ਨੇ ਤੇ ਕਈ ਲੋਕ ਅਜਿਹੇ ਨੇ ਜਿਹੜੇ ਕਿ ਆਮ ਲੋਕਾਂ ਨੂੰ ਪੋਲੇ ਪਾਲੇ ਲੋਕਾਂ ਨੂੰ ਆਪਣੇ ਜਾਦੂ ਦੇ ਰਹੀਏ ਕਹਿ ਸਕਦੇ ਆ ਕਿ ਜਾਦੂ ਦੇ ذریعے ਜਾਂ ਫਿਰ ਆਪਣੀ ਇੱਕ ਮੈਜਿਕ ਟਿੱਕ ਦੇ ذریعے ਕਿਸ ਤਰ੍ਹਾਂ ਫਸਾਉਂਦੇ ਨੇ ਤਾਂ ਉਹ ਸਾਰਾ ਤੁਹਾਨੂੰ ਅੱਜ ਦੱਸਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੀ ਰਾਮ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਹੈ ਕਿਸ ਤਰ੍ਹਾਂ ਹੁੰਦਾ ਹੈ ਕਿਸ ਤਰ੍ਹਾਂ ਪੋਸੀਬਲ ਹੁੰਦਾ ਹੈ ਕਿ ਲੋਕਾਂ ਨੂੰ ਮੈਜੀਕ ਟ੍ਰਿਕ ਦਿਖਾ ਕੇ ਕਿਸ ਤਰ੍ਹਾਂ ਫਸਾਇਆ ਜਾਂਦਾ ਹੈ ਤਾਂ ਉਹ ਸਾਰੀ ਗੱਲਬਾਤ ਕਰਨਗੇ ਅੱਜ ਖੁਲਾਸੇ ਕਰਨਗੇ ਸਾਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਵਾਨੀ ਟੀਵੀ ਤੇ ਹਾਂਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਤੁਸੀਂ ਬਹਿਮਾ ਪਰਮਾ ਦੇ ਖਿਲਾਫ ਆਪਣੀਆਂ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਦਿਖਾਉਂਦੇ ਹੋ ਤੇ ਸਮਾਜ ਦਾ ਭਲਾ ਕਰਦੇ ਹੋ ਤਾਂ ਬਿਲਕੁਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਿਸ ਤਰ੍ਹਾਂ ਅੱਜ ਦੌਰ ਚੱਲ ਪਿਆ ਕਿ ਹਰ ਕੋਈ ਅੱਗੇ ਆਉਂਦਾ ਹੈ ਹਨਾ ਮੈਜੀਕ ਟ੍ਰਿਕ ਦਿਖਾਉਂਦਾ ਹੈ ਜਾਂ ਲੋਕਾਂ ਨੂੰ ਦਿਖਾਉਂਦਾ ਹੈ ਕਿ ਮੈਂ ਤੈਨੂੰ ਮਤਲਬ ਪੜ ਸਕਦਾ ਹਾਂ ਕਿ ਤੇਰਾ ਸਾਰਾ ਕੁਝ ਦੱਸ ਸਕਦਾ ਹਾਂ ਇਹ ਕਿਸ ਤਰ੍ਹਾਂ ਪੋਸੀਬਲ ਹੁੰਦਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਸਭ ਤੋਂ ਪਹਿਲਾਂ ਹਾਂ ਜੀ ਇਹ ਜਿਹੜੇ ਜਾਦੂ ਇੱਕ ਕਲਾ ਹੈ ਇਹ ਕਲਾ ਮਨੋਰੰਜਨ ਦੇ ਲਈ ਜੇ ਵਰਤਦੇ ਆਂ ਅਸੀਂ ਤਾਂ ਚੰਗੀ ਗੱਲ ਐ ਪਰ ਕੁਝ ਚਲਾਕ ਲੋਕ ਇਸ ਨੂੰ ਚਮਤਕਾਰ ਦਾ ਨਾਮ ਦੇ ਲੈ ਕੇ ਕਿਉਂਕਿ ਲੋਕ ਸਾਡੇ ਚਮਤਕਾਰਾਂ 'ਚ ਵਿਸ਼ਵਾਸ ਰੱਖਦੇ ਨੇ ਤੇ ਸਮਾਜ ਦੇ ਵਿੱਚ ਅੰਧਵਿਸ਼ਵਾਸ ਫਲਾ ਕੇ ਉਹ ਪੈਸੇ ਇਕੱਠੇ ਕਰਦੇ ਆ ਤੇ ਬਹੁਤ ਅਮੀਰ ਬਣ ਜਾਂਦੇ ਨੇ ਇੱਕ ਬਾਬਾ ਤਾਂ ਜਾਨੀ ਉਹਦੇ ਕੋਲ ਅਰਬਾਂ ਰੁਪਏ ਦੀ ਪ੍ਰਾਪਰਟੀ ਸੀ ਉਹ ਮੈਜਿਕ ਟ੍ਰਿਕ ਇਸ ਤਰ੍ਹਾਂ ਦੇ ਉਹ ਕਰਦਾ ਸੀ ਮੈਂ ਵੀ ਇੱਕ ਵਾਰੀ ਗਿਆ ਤੇ ਇੱਕ ਸਾਡਾ ਜਾਦੂਗਰ ਸੰਮੇਲਨ ਹੁੰਦਾ ਫਰੀਦাবাদ ਸੀ ਉੱਥੇ ਇੱਕ ਬਾਬਾ ਆਇਆ ਹੋਇਆ ਸੀ ਧਰਮਸ਼ਾਲਾ ਦੇ ਵਿੱਚ ਅਸੀਂ ਮੈਂ ਉਹਨਾਂ ਨੂੰ ਕਿਹਾ ਮਹਾਂ ਬਾਬਾ ਜੀ ਇੱਥੇ ਤੁਹਾਡਾ ਨਹੀਂ ਕੋਈ ਪ੍ਰੋਗਰਾਮ ਇੱਥੇ ਤਾਂ ਜਾਦੂਗਰ ਸੰਮੇਲਨ ਹੈ ਤੁਸੀਂ ਕਿਵੇਂ ਆਇਓ ਉਹ ਕਹਿੰਦੇ ਨਹੀਂ ਮੈਂ ਇੱਥੇ ਆਂ ਜਾਦੂਗਰ ਸੰਮੇਲਨ 'ਚ ਮੈਂ ਦੇਖ ਕੇ ਮਹਾਂ ਲੱਗਦਾ ਸੰਤ ਆ ਇਹ ਤੇ ਜਾਦੂਗਰ ਮੈਂ ਤੁਸੀਂ ਜਾਦੂਗਰੋਂ ਪਹਿਰਾਵਾ ਤਾਂ ਲੱਗਦਾ ਨਹੀਂ ਉਹ ਕਹਿੰਦਾ ਨਹੀਂ ਨਹੀਂ ਮੇਰਾ ਤਾਂ ਉੱਥੇ ਕਾਸ਼ੀ ਜੀ ਆਸ਼ਰਮ ਹੈ ਬਹੁਤ ਵੱਡਾ ਅ ਮੈਂ ਫਿਰ ਇੱਥੇ ਤਾਂ ਜਾਦੂਗਰ ਸਮमेलन ਜਾਦੂਗਰ ਸਾਰੇ ਇਕੱਠੇ ਹੋਣਗੇ ਇੱਕ ਇੱਕ ਜਾਦੂ ਦੀ ਆਈਟਮ ਦਿਖਾਊਗਾ ਤੇ ਉਸ ਤੋਂ ਬਾਅਦ ਇੱਥੇ ਦੁਕਾਨ ਲੱਗੂ ਸੇਲ ਜਿਹੜੇ ਜਾਦੂ ਦਾ ਸਮਾਨ ਬਣਾਉਂਦੇ ਹੋ ਆਪਣਾ ਸਮਾਨ ਵੇਚਣਗੇ ਉਹ ਕਹਿੰਦਾ ਹਾਂ ਮੈਂ ਵੀ ਲੈ ਕੇ ਜਾਣਾ ਹਾਂ ਮੈਂ ਤੁਸੀਂ ਜਾਦੂ ਤੁਸੀਂ ਜਾਦੂ ਦਿਖਾਉਂਦੇ ਹੋ ਵੀ ਕੋਈ ਹੱਥ 'ਚ ਖਾਲੀ ਹੱਥ ਕੀਤਾ ਤੇ ਮੁਠੀ ਖੋਲੀ ਉਹਦੇ ਵਿੱਚ ਕੋਈ ਚੀਜ਼ ਆ ਗਈ ਤੁਸੀਂ ਤਾਂ ਕਹਿੰਦੇ ਨੋ ਵੀ ਇਹ ਇੱਕ ਕਲਾ ਹੈ ਅਸੀਂ ਇਹਨੂੰ ਧਰਮ ਤੇ ਤੰਤਰ ਵਿੱਦਿਆ ਦੇ ਨਾਲ ਜੋੜ ਲੈਂਦੇ ਆ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਵੱਧਦਾ ਸਾਡੇ ਉੱਤੇ ਤੇ ਉਹ ਫਿਰ ਜਾਦੂ ਦਿਖਾ ਕੇ ਲੋਕਾਂ ਨੂੰ ਇਸ ਤਰ੍ਹਾਂ ਨੁਟਦੇ ਨੇ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਇਦਾਂ ਦੀ ਚੀਜ਼ ਨਹੀਂ ਹੁੰਦੀ ਜਿੱਦਾਂ ਹੁਣ ਕੀ ਆ ਉਹ ਦੱਸਦਾ ਕਈ ਮਨ ਦਾ ਗੱਲ ਪੜ ਰਿਹਾ ਹੋ ਬਗੇਸ਼ਵਰਤਾ ਅੰਬਾਲਾ ਉਹ ਕੀ ਆ ਵੀ ਉਹ ਜਦੋਂ ਕੋਈ ਆਉਂਦਾ ਉਸ ਨੂੰ ਪੁੱਛਦਾ ਵੀ ਤੁ ਕੀ ਸੋਚਿਆ ਸੀ ਕਿ ਆਹ ਸੋਚ ਕੇ ਆ ਕਿ ਸੋਚ ਕੇ ਆ ਉਹ ਦੱਸਦਾ ਵੀ ਮੈਂ ਆਹ ਸੋਚ ਉਸ ਤੋਂ ਬਾਅਦ ਕਾਪੀ ਦਿਖਾਉਂਦਾ ਵੀ ਦੇਖ ਜੇ ਤੂੰ ਸੋਚਿਆ ਜੋ ਤੂੰ ਬੋਲਿਆ ਉਹੀ ਲਿਖਿਆ ਹੋਇਆ ਤੇ ਉਹ ਬੰਦਾ ਕਹਿੰਦਾ ਵੀ ਹਾਂ ਦੇ ਹੁਣ ਇਹਨੂੰ ਐਕਸਪੋਜ਼ ਇੱਕ ਕੁੜੀ ਨੇ ਕਰਤਾ ਜਾਦੂਗਰ ਹੈ ਜਿਹੜੀ ਪਰ ਉਹਨੇ ਦੱਸਿਆ ਵੀ ਇਹ ਇੱਕ ਕਲਾ ਹੈ ਮੈਂ ਪਰ ਲੋਕਾਂ ਨੂੰ ਅੰਧਵਿਸ਼ਵਾਦ ਨਹੀਂ ਫਲਾਉਂਦੀ ਲੋਕਾਂ ਨੂੰ ਲੁੱਟਣ ਵਾਸਤੇ ਨਹੀਂ ਵਰਦੀ ਮੈਂ ਇੱਕ ਜਾਦੂ ਦੇ ਤੌਰ ਤੇ ਹੀ ਇਹ ਕਰਦੀ ਆ ਪਰ ਇਹਨੂੰ ਦੱਸ ਵੀ ਨਹੀਂ ਸਕਦੇ ਕਿੱਦਾਂ ਕਰਦੇ ਆ ਅਸੀਂ ਕਿਉਂਕਿ ਉਹਨੇ ਪੁੱਛਿਆ ਕਿਸ ਨੂੰ ਬਿਠਾ ਕੇ ਐਂਕਰ ਸੀ ਚੈਨਲ ਤੋਂ ਉਹ ਵੀ ਤੁਸੀਂ ਕਿਸੇ ਐਕਟਰ ਨੂੰ ਕਿਹੜੇ ਨੂੰ ਪਸੰਦ ਕਰਦੇ ਹੋ ਉਹਨੇ ਕੋਹਾ ਸੋਚ ਲਿਆ ਸੋਚ ਲਿਆ ਉਹਨੇ ਸਲੇਟ ਦੇ ਉੱਤੇ ਉਹਦਾ ਨਾਮ ਲੇ ਕੇ ਕਚਾਕ ਦੇ ਨਾਲ ਉੱਪਰ ਮੋਦੀ ਮਾਰਤੀ ਉਸਤੇ ਉਸ ਤੋਂ ਬਾਅਦ ਪੁੱਛਿਆ ਵੀ ਕਿਹਨੂੰ ਪਸੰਦ ਕਰਦੇ ਹੋ ਉਹਨੇ ਨਾਮ ਦੱਸਿਆ ਜਦੋਂ ਨਾਮ ਦੱਸ ਕਿਉਂ ਸਲੇਟ ਚੱਕੀ ਤੇ ਸਲੇਟ ਤੇ ਆਪ ਪੜ ਕੇ ਇਦਾਂ ਕਹਿੰਦੇ ਦੇਖੋ ਮੈਂ ਤਾਂ ਪਹਿਲੇ ਹੀ ਲਿਖਿਆ ਹੋਇਆ ਸੀ ਕਾਰਨ ਕੀ ਆ ਵੀ ਹੁਣ ਸਾਨੂੰ ਇਹ ਦੱਸਣਾ ਪੈਂਦਾ ਕਿਉਂਕਿ ਲੋਕ ਕਹਿੰਦੇ ਨੇ ਵੀ ਇਹ ਨਹੀਂ ਨਹੀਂ ਉਹਨੇ ਦੱਸਿਆ ਨਹੀਂ ਹੈਗਾ ਹੈ ਤਾਂ ਇਹ ਕਲਾ ਹੈ ਕਿ ਵੀ ਉਹ ਜਿਹੜਾ ਜਿੱਦਾਂ ਹੁਣ ਮੈਂ ਤੁਹਾਨੂੰ કહਾਂ ਮੇਰੇ ਕੋਲ ਹੁਣ ਤਿਆਰ ਨਹੀਂ ਹੈ ਮੈਨੂੰ ਜੋ ਪਤਾ ਲੱਗਿਆ ਮੈਂ ਤੁਹਾਨੂੰ કહਾਂ ਕਿ 1 ਤੋਂ 100 ਤੱਕ ਗਿਣਤੀ ਸੋਚ ਲਓ ਤੇ ਤੁਸੀਂ ਸੋਚ ਲਈ ਤੇ ਮੈਂ ਸਲੇਟ ਲਵਾਂਗਾ ਚਾਕ ਲੈ ਕੇ ਸਲੇਟ ਦੇ ਉੱਤੇ ਉਹ ਲਿਖ ਕੇ ਇੱਥੇ ਰੱਖ ਦੂੰਗਾ ਉਦੋਂ ਬਾਅਦ ਮੈਂ ਤੁਹਾਨੂੰ ਕਹੂੰਗਾ ਵੀ ਕੀ ਸੋਚਿਆ ਤੁਸੀਂ ਕਹੋਗੇ 50 ਸੋਚਿਆ ਮੈਂ ਸਲੇਟ ਚੱਕੂੰਗਾ ਸਲੇਟ ਚੱਕ ਕੇ ਵੀ ਤੁਸੀਂ 50 ਸੋਚਿਆ ਤੁਸੀਂ ਕਹੋਗੇ ਹਾਂ ਇੱਕ ਵਾਰੀ ਆ ਪੁੱਛਿਆ ਉਦੋਂ ਬਾਅਦ ਮੈਂ ਸਲੇਟ ਕਰੂੰਗਾ ਤੇ ਉਹ 50 ਲਿਖਿਆ ਤਾਂ ਨੇ ਕਿਹਾ ਵੀ ਇੱਥੇ ਉੱਤੇ ਟੇਪ ਲਾਈ ਜਾ ਸਕਦੇ ਡਾਕਟਰੀ ਟੇਪ ਹੈ ਜਿਵੇਂ ਅੰਗੂਠੇ ਦੇ ਉੱਤੇ ਜਾਂ ਘੜੀ ਵਾਂਗੂ ਕੋਈ ਫਿੱਤਾ ਵੀ ਵਿਆਜ ਹੈ ਉਹਦੇ ਵਿੱਚ ਛੋਟਾ ਜਿਹਾ ਜਿਵੇਂ ਟਿਚ ਬਟਨ ਆਉਂਦਾ ਉਦਾਂ ਦਾ ਸੁਰਾਖ ਕੱਢ ਕੇ ਛੋਟਾ ਜਿਹਾ ਚਾਕ ਹੈ ਜਿਹੜਾ ਉਹ ਫਿੱਟ ਕਰ ਲੈਂਦਾ ਉਦੋਂ ਬਾਅਦ ਜਦੋਂ ਤੋ ਐਬੀ ਤੁਸੀਂ ਸੋਚ ਲਿਆ ਉਦੋਂ ਸਲੇਟ ਤੇ ਕੁਝ ਨਹੀਂ ਲਿਖਣਾ ਉਦੋਂ ਸਲੇਟ ਖਾਲੀ ਇਥੇ ਰੱਖ ਦੇਣੀ ਹੈ ਟੇਬਲ ਦੇ ਉੱਤੇ ਜਦੋਂ ਉਹ ਸਲੇਟ ਚੱਕੀ ਤੁਸੀਂ ਪੁੱਛਿਆ ਵੀ ਕੀ ਤੁਸੀਂ 50 ਕਿਹਾ ਮੈਂ ਜਦੋਂ ਸਲੇਟ ਚੱਕੂਗਾ ਇਹ ਅੰਗੂਠੇ ਤੇ ਉਸ ਨਾਲ ਅੰਗੂਠੇ ਦੇ ਵਿੱਚ ਮੇਰੇ ਉਰੇ ਚਾਕ ਆ ਮੈਂ ਉਰੇ ਪਾਜਾ ਪਾ ਕੇ ਜ਼ੀਰੋ ਉਹ ਫਿਰ ਪ੍ਰੈਕਟਿਸ ਹੋ ਜਾਂਦੀ ਹੈ ਜਦੋਂ ਉਸ ਤਰ੍ਹਾਂ ਕਰਕੇ ਦੋ ਤਿੰਨ ਸੈਕਿੰਡ ਲੱਗਦੇ ਆ ਤੇ ਮੈਂ ਤੁਹਾਨੂੰ ਇੱਕ ਵਾਰੀ ਪੁੱਛ ਲੈਣਾ ਜੇ ਤੁਸੀਂ 50 ਸੋਚਿਆ ਇੰਨੀ ਗਹਿਣ ਚੋਂ ਮੈਂ 50 ਦੇ ਤੇ ਲਿਖ ਲਿਆ ਤੋਂ ਨੂੰ ਵੀ ਘਾ ਦੂੰਗਾ ਹਾਲਾਂਕਿ ਇਹ ਕਲਾ ਹੁੰਦੀ ਹੈ ਇਸ ਕਲਾ ਦਾ ਜਾਨੀ ਲੋਕਾਂ ਨੂੰ ਮੂਰਖ ਬਣਾਉਣਾ ਉਹਨਾਂ ਨੂੰ ਲੁੱਟਣਾ ਕਿੱਡਾ ਵੱਡਾ ਗੁਨਾਹ ਹੈ ਤੇ ਉਹ ਅੰਧ ਵਿਸ਼ਵਾਸ ਫਲਾ ਕੇ ਸਮਾਜ ਨੂੰ ਪਿੱਛੇ ਲੈ ਕੇ ਜਾਣਾ ਜਾਨੀ ਕੁਝ ਲੋਕ ਨੇ ਜਿਹੜੇ ਸਮਾਜ ਨੂੰ ਅੱਗੇ ਲੈ ਕੇ ਜਾਂਦੇ ਨੇ ਕੁਝ ਲੋਕ ਨੇ ਜਿਹੜੇ ਸਮਾਜ ਨੂੰ ਪਿੱਛੇ ਲੈ ਕੇ ਜਾਂਦੇ ਨੇ ਇਹੋ ਜਿਹੇ ਲੋਕ ਸਮਾਜ ਨੂੰ ਪਿੱਛੇ ਲੈ ਕੇ ਜਾਂਦੇ ਨੇ ਇਸੇ ਕਰਕੇ ਸਾਡਾ ਦੇਸ਼ ਅਮੀਰ ਦੁਨੀਆਂ ਦੇ ਵਿੱਚ ਸਭ ਤੋਂ ਅਮੀਰ ਦੇਸ਼ ਭਾਰਤ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਗਰੀਬ ਲੋਕ ਪਾਰਤੇ ਇਹਦਾ ਕਾਰਨ ਹੈ ਸਾਡੇ ਬਹਿਮ ਪਰਮ ਦਾ ਹ ਜਿਸ ਤਰ੍ਹਾਂ ਮੈਨੂੰ ਕਾਫੀ ਹੋਰ ਦਿਖ ਰਿਹਾ ਹੈ ਕਿ ਕਾਫੀ ਜਿਹੜੇ ਮੈਜੀਕ ਵਾਲੇ ਹੁੰਦੇ ਨੇ ਨਾ ਜਿਹੜੇ ਮੈਜਿਕ ਕਰਦੇ ਨੇ ਉਹਨਾਂ ਦੇ ਕੋਲ ਇਹ ਸਮਾਨ ਦਿਖਦਾ ਹੁੰਦਾ ਤੁਸੀਂ ਰੱਖਿਆ ਹੋਇਆ ਮੈਂ ਕਹਾਂਗਾ ਇੱਕ ਵਾਰੀ ਜ਼ਰੂਰ ਕਰਕੇ ਦਿਖਾਓ ਵੀ ਕਿਸ ਤਰ੍ਹਾਂ ਲੋਕਾਂ ਨੂੰ ਫਸਾਇਆ ਜਾਂਦਾ ਹੈ ਕਿਸ ਤਰ੍ਹਾਂ ਉਹ ਮੈਜਿਕ ਟ੍ਰਿਕ ਦਿਖਾਉਂਦੇ ਨੇ ਮੈਂ ਤੁਹਾਡੇ ذریعے ਦਿਖਾਣਾ ਚਾਹਾਂਗਾ ਲੋਕਾਂ ਨੂੰ ਵੀ ਕਿਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ ਹਾਂ ਜਿੱਦਾਂ ਇਹ ਹੁਣ ਰੱਸੀ ਆ ਮੇਰੇ ਕੋਲ ਇਹ ਆਮ ਕਰਾਂ ਚ ਕੰਮ ਆਉਣ ਵਾਲੀ ਰੱਸੀ ਆ ਤੇ ਇੱਕ ਬਾਬਾ ਕਹਿੰਦਾ ਵੀ ਮੇਰੇ ਕੋਲ ਕਾਲਾ ਇਲਮ ਉਹਨੇ ਰੱਸਾ 10 ਫੁੱਟ ਹਵਾ ਦੇ ਵਿੱਚ ਸਿੱਧਾ ਖੜਾ ਕਰਤਾ ਤੇ ਲੋਕ ਫਿਰ ਸਾਨੂੰ ਪੁੱਛਦੇ ਵੀ ਕਾਲਾ ਇਲਮ ਤੁਸੀਂ ਸੁਸਾਇਟੀ ਵਾਲੇ ਤਾਂ ਤਰਕਸ਼ੀਲ ਸੁਸਾਇਟੀ ਵਾਲੇ ਤਾਂ ਕਾਲੇ ਇਲਮ ਨੂੰ ਮੰਨਦੇ ਨਹੀਂ ਫਿਰ ਉਹ ਐਦਾਂ ਰੱਸੀ ਸਿੱਧਾ ਰੱਸਾ ਕਰ ਦਿੰਦੇ ਆ ਤੇ ਤੁਸੀਂ ਕਰਕੇ ਦਿਖਾਓ ਫਿਰ ਸਾਨੂੰ ਵੀ ਉਹ ਜਾਦੂਗਰਾਂ ਕੋਲੇ ਜਾਣਾ ਪਿਆ ਇਹ ਸਿੱਖਣੇ ਪਏ ਹੁਣ ਇਹ ਕੀ ਆ ਵੀ ਇਹ ਇਹ ਆਪਣਾ ਰੱਸੀ ਆ ਏਸ ਦੇ ਉੱਤੇ ਹੋਰ ਜਾਦੂਗਰ ਵਾਂਗੂ ਮੈਂ ਮੰਤਰ ਮਾਰਨਾ ਨੌ ਬਾਬੇ ਵਾਂਗੂ ਇਹ ਮੰਤਰ ਮਾਰਿਆ ਸਿੱਧੀ ਖੜੀ ਹੋ ਗਈ। ਉਦੋਂ ਬਾਅਦ ਸਾਡੇ ਕੋਲੇ ਇਹ ਜਾਦੂ ਦੀ ਛੜੀ ਆ ਜਦੋਂ ਇਦਾਂ ਘਮਾਉਂਦੇ ਆ ਤਾਂ ਇਹਦਾ ਹਸ ਰਜਰਾ ਜਰਾ ਖਤਮ ਹੋ ਜਾਂਦਾ। ਹਸਲ ਦੇ ਵਿੱਚ ਇਹਦੇ ਵਿੱਚ ਕੀ ਆ ਬਈ ਸਾਈਕਲ ਦੀ ਜਾਂ ਚੇਨ ਜਾਂ ਮੋਟਰਸਾਈਕਲ ਦੀ ਚੇਨ ਵਰਗੀ ਪਲਾਸਟਿਕ ਦੀ ਚੀਜ਼ ਇਹ ਚ ਪਾਈ ਹੋਈ ਹੈ ਜਿਹੜੀ ਇੱਕ ਸਾਈਡ ਨੂੰ ਮੁੜਦੀ ਆ ਦੂਜੀ ਸਾਈਡ ਨੂੰ ਨਹੀਂ ਮੁੜਦੀ ਆ ਦੇਖੋ ਇਹ ਸਾਈਡ ਨੂੰ ਮੁੜ ਜਾਂਦੀ ਆ ਇਹ ਸਾਈਡ ਜਦੋਂ ਅਸੀਂ ਇਸ ਪਾਸਾ ਉੱਪਰ ਕਰ ਲੈਂਦੇ ਆ ਇਹ ਸਿੱਧੀ ਹੋ ਜਾਂਦੀ ਹੈ ਹੁਣ ਇਹ ਆ ਵੀ ਜਿੱਦਾਂ ਇਦਾਂ ਮੈਂ ਘਮਾਵਾ ਤਾ ਫਿਰ ਸਾਰੇ ਲੋਕਾਂ ਨੂੰ ਪਤਾ ਲੱਗ ਜੂ ਫਿਰ ਉਹਨਾਂ ਦਾ ਧਿਆਨ ਹੋਰ ਪਾਸੇ ਜਾਦੂ ਦਾ ਮਤਲਬ ਹੈ ਧਿਆਨ ਹੋਰ ਪਾਸੇ ਲੈ ਜਾਓ ਹੇਰਾ ਫੇਰੀ ਹੋਰ ਪਾਸੇ ਕਰੋ ਧਿਆਨ ਹੋਰ ਮੈਂ ਕਿਹਾ ਜਾਦੂ ਦੀ ਛੜੀ ਕਮਾਈ ਧਿਆਨ ਇਧਰ ਕੀਤਾ ਤੇ ਇਧਰੋਂ ਗੇੜਾ ਦੇਤਾ ਤੇ ਇਹੀ ਕੰਮ ਬਾਬੇ ਕਰਦੇ ਆ ਜੇ ਇੱਥੇ ਗਰੀਬੀ ਹੈ ਇੱਥੇ ਬਿਮਾਰੀਆਂ ਜਿਆਦੇ ਨੇ ਇੱਥੇ ਬੇਰੁਜ਼ਗਾਰੀ ਹੈ ਇੱਥੇ ਕਰਪਸ਼ਨ ਹੈ ਇਹਦਾ ਕਾਰਨ ਇਸ ਤਰਤੇ ਦੇ ਉਤੇ ਤੇ ਬਾਬੇ ਸਾਡਾ ਧਿਆਨ ਉੱਪਰ ਅ ਪਿਛਲੇ ਜਨਮਾਂ ਚ ਕਿਸਮਤ ਚ ਮਾੜੇ ਕਰਮਾਂ ਚ ਉਹ ਪੁਨਰ ਜਨਮਾਂ ਚ ਉਹਦੇ ਚ ਲਈ ਫਿਰਦੇ ਨੇ ਮੈਂ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਪੁੱਛਾਂਗਾ ਕਿਸ ਤਰ੍ਹਾਂ ਹੋਈ ਹੈ ਮਤਲਬ ਕਿਸ ਤਰ੍ਹਾਂ ਤੁਸੀਂ ਨੌਕਰੀ ਕਰਦੇ ਸੀ ਕੀ ਨੌਕਰੀ ਕਰਦੇ ਸੀਗੇ ਹਨਾ ਪਰਿਵਾਰ ਦੇ ਵਿੱਚ ਤੁਹਾਡੇ ਕੌਣ-ਕੌਣ ਹੈ ਹਾਂਜੀ ਮੈਂ ਆਪਣਾ ਪਸ਼ੂ ਪਾਲਣ ਵਿਭਾਗ ਦੇ ਵਿੱਚੋਂ ਆਇਆ ਜੇ ਵੈਟਰਨਰੀ ਇਨਸਪੈਕਟਰ ਰਿਟਾਇਰ ਹੋਇਆ ਉਸ ਦੇ ਵਿੱਚ 30 ਸਾਲ ਨੌਕਰੀ ਕੀਤੀ ਆ ਮੇਰਾ ਇੱਕੋ ਹੀ ਬੇਟਾ ਉਹ ਬਾਹਰ ਨਿਊਜ਼ੀਲੈਂਡ ਰਹਿੰਦਾ ਤੇ ਮੈਂ ਪਹਿਲਾਂ ਵੀ 30 35 ਸਾਲ ਤੋਂ ਮੈਂ ਇਸ ਸੰਸਥਾ ਨਾਲ ਜਦੋਂ ਤੋਂ ਬਣੀ ਆ ਉਦੋਂ ਤੋਂ ਜੁੜਿਆ ਹੋਇਆ ਤੇ ਅਸੀਂ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਬਹਿਮ ਭਰਮ ਦੂਰ ਕਰਕੇ ਉਹਨਾਂ ਦੀ ਸੋਚ ਵਿਗਿਆਨਕ ਬਣਾਉਣ ਵਾਸਤੇ ਕੰਮ ਕਰਦੇ ਆ ਤਾਂ ਕਿ ਲੋਕਾਂ ਦੀ ਜਦੋਂ ਸੋਚ ਵਿਗਿਆਨਕ ਹੋਊਗੀ ਉਦੋਂ ਹੀ ਸਮਾਜ ਹੈ ਜਿਹੜਾ ਤਰੱਕੀ ਕਰੂਗਾ ਅੱਗੇ ਵਧੂਗਾ ਹੋਰ ਵੀ ਟ੍ਰਿਕ ਦਿਖ ਰੀਆਂ ਨੇ ਔਰ ਇਹ ਕਾਫੀ ਕੁਝ ਪਿਆ ਹੋਇਆ ਮੈਨੂੰ ਦਿਖਾਈ ਦੇ ਰਿਹਾ ਉਸ ਤਰਫ ਵੀ ਦਿਖ ਰਿਹਾ ਮੈਂ ਕਮਾਂਗਾ ਕਿ ਕਰਕੇ ਜਰੂਰ ਦਿਖਾਓ ਹਾਂ ਜਿੱਦਾਂ ਹੁਣ ਕਈ ਕਹਿ ਜਾਂਦੇ ਨੇ ਵੀ ਮੈਨੂੰ ਅੱਗ ਬੰਨ ਬਨ ਲੈਂਦੇ ਆ ਵੀ ਪਿੰਡਾਂ ਚ ਲੋਕਾਂ ਚ ਵਿਸ਼ਵਾਸ ਆ ਵੀ ਉਹ ਬੰਦਾ ਤਾਂ ਅੱਗ ਬੰਨ ਦਿੰਦਾ ਤੇ ਉਹ ਸੇਕੇ ਨਹੀਂ ਲੱਗਦਾ ਹੈਗਾ ਹੁਣ ਆਪਾਂ ਤੁਹਾਨੂੰ ਅੱਗ ਬੰਨਣ ਦਾ ਇੱਕ ਛੋਟਾ ਜਿਹਾ ਮੋਮਬੱਤੀ ਦਾ ਟੁਕੜਾ ਲਿਆ ਛੋਟੀ ਸੀ ਮੋਮਬੱਤੀ ਚਲੋ ਇਹ ਲੈਨੇ ਆ ਇਹਦੇ ਤੋਂ ਆਪਾਂ ਤੇ ਸੋ ਅੱਗ ਲਾਏ ਧਨੀਏ ਮੇ ਹੁੰਦਾ ਉੱਤੇ ਰੱਖ ਲਿਆ ਤੇ ਇਹਨੂੰ ਕਹਿੰਦੇ ਨੇ ਅੱਗ ਬਨ ਲੈਣਾ ਅਸੀਂ ਵੀ ਕਹਦੇ ਹਾਂ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਅੱਗ ਬਨ ਲੈਣਾ ਪਰ ਅੱਗ ਨਹੀਂ ਬਨ ਜਾ ਸਕਦੀ ਕੋਈ ਨਹੀਂ ਬਨ ਸਕਦਾ ਇਹਦਾ ਕੋਈ ਮੰਤਰ ਨਹੀਂ ਕੋਈ ਚਮਤਕਾਰ ਨਹੀਂ ਜੇ ਕੋਈ ਬੰਦਾ ਐ ਦਰਸ਼ਕਾਂ ਨੂੰ ਅਪੀਲ ਹੈ ਜੇ ਕੋਈ ਕਹਿੰਦਾ ਵੀ ਮੈਂ ਅੱਗ ਬੰਨ ਲੈਣਾ ਤੁਸੀਂ ਇੱਕ ਤਵੇ ਲਓ ਚੁੱਲਾ ਦੇ ਉੱਤੇ ਰੱਖੋ نیچے ਅੱਗ ਬਾਲ ਦਿਓ ਉਹਨੂੰ ਕਹਿ ਦਿਓ ਵੀ 5 ਮਿੰਟ ਦੇ ਉੱਤੇ ਬੈਠ ਕੇ ਦਿਖਾ ਦੇ ਤੇ ਅੱਗ ਬਨ ਕੇ ਨਹੀਂ ਬੈਠ ਸਕਦਾ ਤੇ ਜੇ ਬੈਠੂਗਾ ਤਾਂ 5 ਲੱਖ ਰੁਪਈਆ ਸਾਡੀ ਸੋਸਾਇਟੀ ਆ ਜਿਹੜੀ ਉਹਨੂੰ ਇਨਾਮ ਦਿਓ ਪਰ ਅੱਜ ਤੱਕ ਇਸ ਤਰ੍ਹਾਂ ਦੇ ਹੇਰਾ ਫੇਰੀ ਹੁੰਦੀ ਹੈ ਇਹ ਵੀ ਇੱਕ ਹੇਰਾ ਫੇਰੀ ਇੱਕ ਇਸ ਤਰ੍ਹਾਂ ਦਾ ਕੈਮੀਕਲ ਹੈ ਜੀ ਦਾ ਸੇਕ ਨਹੀਂ ਲੱਗਦਾ ਤੁਸੀਂ ਵੀ ਇਹ ਰੱਖ ਸਕਦੇ ਹੋ ਇਸ ਕੈਮੀਕਲ ਨੂੰ ਕਹਿੰਦੇ ਕੀ ਨੇ ਮਤਲਬ ਕਿ ਜਿਹੜਾ ਤੁਸੀਂ ਦਿਖਾਇਆ ਕਿ ਅੱਗ ਵਾਲੀ ਤੁਸੀਂ ਇਸ ਦੇ ਉੱਪਰ ਹੈ ਨਾ ਇਹਨੂੰ ਜੀਬ ਦੇ ਉੱਪਰ ਰੱਖ ਲਿਆ ਤੁਸੀਂ ਮਤਲਬ ਕੋਈ ਸੇਕ ਨਹੀਂ ਲੱਗਿਆਗਾ ਕੁਝ ਵੀ ਨਹੀਂ ਹੈ ਨਾ ਇਹ ਹੁੰਦਾ ਕੀ ਹੈ ਕੈਮੀਕਲ ਕੀ ਹੈ ਪ੍ਰੈਕਟਿਸ ਦੀ ਲੋੜ ਹੈ ਆਮੰਦਾ ਜਾਨੀ ਉਹਦਾ ਨਹੀਂ ਕਰਨਾ ਚਾਹੀਦਾ ਪਰ ਇਹ ਮੋਸਕ ਕਫੂਰ ਹੈ ਜਾਨੀ ਹਰ ਚੀਜ਼ ਪਹਿਲਾਂ ਥੋਸ ਤੋਂ ਲਿਕਵਿਡ ਬਣਦੀ ਹੈ ਜਿਵੇਂ ਫਿਰ ਬਾਤ ਚ ਗੈਸ ਬਣਦੀ ਆ ਪਰ ਸਿੱਧੇ ਉਹ ਗੈਸ ਬਣ ਜਾਂਦੇ ਆ ਇਸ ਕਰਕੇ ਦਾ ਸੇਕ ਆ ਜਿਹੜਾ ਨਹੀਂ ਲੱਗਦਾ ਕੋਈ ਵੀ ਰੱਖ ਸਕਦਾ ਪਰ ਕੁਝ ਥੋੜੀ ਜਿਹੀ ਸਿੱਖਿਆ ਟ੍ਰੇਨਿੰਗ ਤੋਂ ਬਾਅਦ ਮਤਲਬ ਕਹਿ ਸਕਦੇ ਆ ਕਿ ਜਿਹੜੇ ਉਹ ਜਾਦੂਗਰ ਹੁੰਦੇ ਨੇ ਜਾਂ ਫਿਰ ਜਿਹੜੇ ਲੋਕ ਹੁੰਦੇ ਨੇ ਨਾ ਜਿਹੜੇ ਮਤਲਬ ਆਪਣਾ ਫਾਇਦਾ ਸੋਚਦੇ ਨੇ ਉਹ ਇਹ ਤਰੀਕਾ ਦਿਖਾ ਕੇ ਮਤਲਬ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਨਾ ਉਸ ਤੋਂ ਪੈਸਾ ਕਮਾ ਰਹੇ ਨੇ ਅੱਜ ਆਜ਼ ਦੇ ਦੌਰ ਦੇ ਵਿੱਚ ਹਰ ਬੰਦਾ ਜਾਦੂ ਕਰ ਸਕਦਾ ਜਿੱਦਾਂ ਹੁਣ ਇਹ ਮੇਰੇ ਕੋਲੇ ਇੱਕ ਇਹ ਬਲੌਗ ਹੈ ਇਹ ਦੇਖੋ ਇਹ ਜਦੋਂ نیچے ਨੂੰ ਕਰੀਂਦਾ ਇਧਰ ਨੂੰ ਕਰੀਂਦਾ ਤਾਂ نیچے ਆ ਜਾਂਦਾ ਹੈ ਇਧਰ ਨੂੰ ਕਰੀਂਦਾ ਤਾਂ نیچے ਆ ਜਾਂਦਾ ਇਹ ਗ੍ਰੈਵਿਟੀ ਹੈ ਗ੍ਰੈਵਿਟੀ ਕਰਕੇ ਪਰ ਜਦੋਂ ਇਹਨੂੰ ਕਹੀ ਹੈ ਵੀ ਕਹਿਣਾ ਮੰਨਣਾ ਤੂੰ ਮੇਰਾ ਤੇ ਫਿਰ ਜੇ ਮੈਂ ਕਹਾਂ ਰੁਕ ਜਾ ਤਾਂ ਇਹ ਰੁਕ ਜਾ ਜੇ ਮੈਂ ਕਹਾਂ ਚੱਲ ਰੁਕ ਚਲੋ ਰੁਕੋ ਚਲੋ ਰੁਕੋ ਚਲੋ ਰੁਕੋ ਰੁਕ ਜਾਓ ਚਲੋ ਰੁਕੋ ਚਲੋ ਤੇ ਫਿਰ ਕੈਣਾ ਮੰਨ ਲਾ ਜਾਨੀ ਇਹ ਸਿੰਪਲ ਟ੍ਰਿਕ ਨੇ ਜਦੋਂ ਜੋ ਕੋਈ ਚਲਾਕ ਲੋਕ ਕਹਿੰਦੇ ਨੇ ਵੀ ਇਹਦੇ ਕੋਲ ਕੋਈ ਚਮਤਕਾਰ ਹੈ ਦੇਖ ਲਓ ਤਾਂ ਉਸ ਦੀ ਇੱਕ ਲੱਕੜ ਦੇ ਉਸ ਨੂੰ ਵੀ ਉਹਦੇ ਕੈਣਾ ਮੰਨਣ ਵਾਲੀ ਉਹ ਹੈ ਚੀਜ਼ ਉਹ ਸਾਰੀਆਂ ਚੀਜ਼ਾਂ ਦੱਸਦੀ ਹੈ ਵੀ ਹੁਣ ਇਹ ਕੀ ਹੈ ਵੀ ਇਹਦੇ ਵਿੱਚ ਸوراਖ ਕੱਢਣਾ ਜਿਹੜਾ ਤੇ ਇਹ 5 ਰੁਪਏ ਚ ਘਰ ਤਿਆਰ ਹੋ ਸਕਦੀ ਹੈ ਹਾਲਾਂਕਿ ਸਾਨੂੰ ਤਾਂ ਇਹ 2-300 ਰੁਪਏ ਦੀ ਜਦੋਂ ਵੇਚਦੇ ਆ ਉਹ ਦਿੰਦੇ ਆ ਕਿਉਂਕਿ ਉਹਨਾਂ ਦਾ ਵੀ ਇੱਕ ਦਿਮਾਗ ਲੱਗਦਾ ਇਹਦੇ ਵਿੱਚ ਸوراਖ ਸਿੱਧਾ ਨਹੀਂ ਕੱਢਣਾ ਇਦਾਂ ਟੇਡਾ ਕੱਢ ਲੈਣਾ ਇਦਾਂ ਟੇਡਾ ਤੇ ਹੁਣ ਇਹ ਇਹਦਾ ਫੇਰ ਕੀ ਬਣ ਗਿਆ ਵੀ ਜੇ ਅਸੀਂ ਰੱਸੀ ਖਿੱਚਾਂਗੇ ਤਾਂ ਇਹ ਰੁਕ ਜੂਗੀ ਇਹ ਦੇਖੋ ਮੈਂ ਖਿੱਚੀ ਹੋਈ ਐ ਥੋੜੀ ਢਿੱਲੀ ਛੱਡੀ ਚੱਲ ਫੇਰ ਥੋੜੀ ਢਿੱਲੀ ਛੱਡੀ ਚੱਲ ਫੇਰ ਇਹ ਇਹ ਦੇਖੋ ਤੁਸੀਂ ਵੀ ਕਰਕੇ ਦੇਖ ਸਕਦੇ ਹੋ ਦੇਖੋ ਮਤਲਬ ਤੁਸੀਂ ਤੁਸੀਂ ਦੇਖੋ ਇਹਨੂੰ ਤੁਸੀਂ ਵੀ ਕਰਕੇ ਦੇਖ ਸਕਦੇ ਹੋ ਜੇ ਆਪਾਂ ਇਹਨੂੰ ਖਿੱਚ ਕੇ ਰੱਖਾਂਗੇ ਮਤਲਬ ਫੇਰ ਨਹੀਂ ਲੱਗੇਗੀ ਹਾਂ ਹਾਂ ਦੇਖੋ ਹੁਣ ਇਹ ਨੀਚੇ ਆ ਗਈ ਹੁਣ ਦੁਬਾਰਾ ਖਿੱਚ ਲਓ ਤੁਸੀਂ ਹੁਣ ਢਿੱਲੀ ਛੱਡੋਗੇ ਤਾਂ ਚੱਲੂਗੀ ਇਹ ਦੇਖੋ ਦਿੱਲੀ ਚੱਡੋਂਗੇ ਫੇਰ ਚੱਲੂਗੀ ਹੁਣ ਜਿੰਨਾ ਕ ਮੈਂ ਤੁਹਾਨੂੰ ਦੱਸਤਾ ਉਹਨਾਂ ਕ ਜਾਨੀ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਖਿੱਚੇ ਤੋਂ ਐ ਜਿਹੜੇ ਇਹੋ ਕਰਦੇ ਜੇ ਮੈਂ ਹੁਣ ਨਾਂ ਦੱਸਾਂ ਤੁਹਾਨੂੰ ਐ ਵੀ ਇਹ ਹੁਣ ਜਿੱਦਾਂ ਮੈਂ ਕਹਿ ਦਵਾਂ ਲੈ ਵੇ ਹੁਣ ਇਹਦਾ ਕਹਿਣਾ ਨਹੀਂ ਮੰਨਣਾ ਹੈਗਾ ਹੁਣ ਦੇਖੋ ਤੁਸੀਂ ਦੁਬਾਰਾ ਆਏ ਕਰਕੇ ਹੁਣ ਦੇਖੋ ਖਿੱਚ ਕੇ ਦੁਬਾਰਾ ਦੇਖੋ ਕਰਕੇ ਖਿੱਚ ਕੇ ਦੇਖੋ ਕਿੱਥੇ ਕਵਨ ਨੂੰ ਰੁਕਦੀ ਨਾ ਹੁਣ ਇਹ ਮੇਰਾ ਕਹਿਣਾ ਮੰਨਦੀ ਐ ਅਸਲ ਚ ਕਹਿਣਾ ਨਹੀਂ ਮੰਨਦੀ ਮੈਂ ਫੜਕੇ ਦੇ ਵਿੱਚ ਇੱਕ ਹੋਰ ਹੇਰਾ ਫੇਰੀ ਕਰਦੀ ਜਿੰਨਾ ਕਸੀਂ ਦੱਸਦੀ ਐ ਉਹ ਹੇਰਾ ਫੇਰੀ ਹੋ ਜਾਂਦੀ ਐ ਜੇ ਅਸੀਂ ਨਾਂ ਦੱਸੀਏ ਤਾਂ ਉਹ ਚਮਤਕਾਰ ਹੋ ਜਾਂਦਾ ਮਤਲਬ ਕਹਿ ਸਕਦੇ ਆ ਕਿ ਜੇਕਰ ਮੈਂ 10 ਦਿਨ ਲਾਵਾਂ ਸਿੱਖਾਂ ਹਨਾ ਮੈਂ ਵੀ ਮਤਲਬ ਲੋਕਾਂ ਨੂੰ ਫਸਾ ਸਕਦਾ ਪੈਸੇ ਕਮਾ ਸਕਦਾ ਹਨਾ ਟ੍ਰਿਕ ਦਿਖਾ ਕੇ ਹਰ ਹਰ ਬੰਦਾ ਜਾਨੀ ਤੁਸੀਂ ਇਹ ਸਿੱਖ ਕੇ ਜਾਂ ਤਾਂ ਜਾਦੂ ਦੇ ਸ਼ੋਅ ਕਰਦੇ ਹੋ ਲੋਕਾਂ ਦਾ ਮਨੋਰੰਜਨ ਕਰ ਦਿਓ ਇਹੋ ਜਿਹੇ ਟਾਈਮ ਦੇ ਜਦੋਂ ਹਰ ਬੰਦਾ ਮੁਸੀਬਤ 'ਚ ਆ ਹਰ ਬੰਦਾ ਦੁਖੀ ਆ ਕੁਝ ਟਾਈਮ ਲਈ ਉਹਨਾਂ ਨੂੰ ਹਸਾ ਦੇਣਾ ਚਲੋ ਇਹ ਵੀ ਇੱਕ ਕਲਾ ਹੈ ਤੇ ਇਹਦਾ ਇੱਕ ਸਾਨੂੰ ਸਵਾਗਤ ਕਰਨਾ ਚਾਹੀਦਾ ਪਰ ਜੇ ਤੁਸੀਂ ਕਿਤੇ ਜਾ ਕੇ ਕਹੋ ਵੀ ਮੇਰੇ ਮੇਰੇ 'ਚ ਕੁਝ ਚੀਜ਼ ਆਉਂਦੀ ਆ ਮੈਨੂੰ ਕਿਤੇ ਬਾਰ ਮਿਲਿਆ ਹੋਇਆ ਮੈਂ ਮੇਰੇ ਕਿਹ ਚੀਜ਼ ਬਾਤ ਚ ਕੀਤੀ ਹੋਈ ਆ ਤੇ ਉਹਦੇ ਨਾਲ ਕਰਦਾ ਉਹ ਫਿਰ ਲੋਕਾਂ ਨੂੰ ਤੋਖੇ ਤਾਂ ਬਿਲਕੁਲ ਕਹਿ ਸਕਦੇ ਆ ਅੱਜ ਅੱਜ ਦਾ ਜਿਹੜਾ ਦੋਲ ਚੱਲ ਰਿਹਾ ਉਹ ਤੋਖੇ ਦਾ ਹੀ ਦੋਰ ਚੱਲਦਾ ਹੋਇਆ ਨਜ਼ਰ ਆ ਰਿਹਾ ਮੈਨੂੰ ਤਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਟ੍ਰਿਕ ਤੁਸੀਂ ਜਾਣਦੇ ਹੋ ਨਾ ਜੇਕਰ ਤੁਸੀਂ ਅੱਜ ਚਾਹੋ ਤਾਂ ਮਤਲਬ ਕਿੰਨੇ ਪੈਸੇ ਕਮਾ ਸਕਦੇ ਹੋ ਉਸੇ ਤਰ੍ਹਾਂ ਦਾ ਦੋਰ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਬਗੇਸ਼ਵਰ ਦਾਮ ਵਿਖੇ ਲੱਖਾਂ ਲੋਕ ਜਿਹੜੇ ਜੁੜੇ ਹੋਏ ਨੇ ਨਾ ਉੱਥੇ ਦਿਖਾਉਂਦੇ ਨੇ ਕਿਆਂ ਨਾ ਜਿਸ ਤਰ੍ਹਾਂ ਕੋਈ ਸਾਹਮਣੇ ਬੈਠਾ ਮਾਈਂਡ ਰੀਡਿੰਗ ਕਰ ਲਈ ਉਹਦੀ ਹੁਣ ਜਿਸ ਤਰ੍ਹਾਂ ਬਗੇਸ਼ਵਰ ਦਾਮ ਵਾਲੇ ਬਾਬਾ ਜਿਹੜਾ ਨੇ ਚਰਚਾ ਦੇ ਵਿੱਚ ਆਏ ਨੇ ਤਾਂ ਉਸ ਤੋਂ ਬਾਅਦ ਕਈ ਹਣਾ ਜਾਦੂਗਰ ਨੇ ਹਾਂ ਜਿਹੜੇ ਉਹ ਕਿਉਂਕਿ ਇਹ ਕਲਾ ਉਹਨਾਂ ਤੋਂ ਵੀ ਸਿੱਖਿਆ ਸੱਤੋਂ ਹੀ ਸਿੱਖਦੇ ਨੇ ਇਹ ਜੇ ਹੁਣ ਜਿਵੇਂ ਕੈਮੀਕਲ ਦਾ ਤੁਸੀਂ ਪੁੱਛ ਲਿਆ ਤੇ ਉਹ ਜਿਹੜੇ ਚਲਾਕ ਲੋਕ ਨੇ ਇਹ ਲੈ ਕੇ ਤੇ ਕਰਕੇ ਲੋਕਾਂ ਨੂੰ ਕਰਾਮਾਤ ਦੇਣਾ ਉਹ ਤੇ ਵੇਚਣਗੇ ਤੇ ਜਾਨੇ ਫਿਰ ਬਹੁਤ ਫਾਇਦਾ ਉਠਾਉਂਦੇ ਨੇ ਸਾਡੇ ਕੋਲੋਂ ਹੀ ਸਿੱਖ ਕੇ ਅਸੀਂ ਅੱਖਾਂ ਤੇ ਪੱਟੀ ਬੰਨ ਕੇ ਮੋਟਰਸਾਈਕਲ ਚਲਾਉਂਦੇ ਹੁਣ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਜੀ ਤੁਸੀਂ 5 ਲੱਖ ਨਾਮ ਦਿੰਨੇ ਆ ਅਸੀਂ ਕਿ ਹਾਂ ਜੇ ਕੋਈ ਉਹ ਕੰਮ ਕਰਕੇ ਦਿਖਾਵੇ ਜਿਹੜੇ ਕਾਮ ਲੋਕ ਨਹੀਂ ਕਰਦਾ ਤਾਂ ਅਸੀਂ ਦਿੰਨੇ ਆ ਉਹ ਕਹਿੰਦਾ ਮੈਂ ਉੱਥੋਂ ਤੋਂ ਜੈਪੁਰ ਤੋਂ ਆਇਆ ਜੀ ਤੇ ਕੋਦੇ ਨਾਲ ਕੁੜੀ ਸੀ ਉਹ ਕਹਿੰਦਾ ਵੀ ਇਹ ਅੱਖਾਂ ਤੇ ਪੱਟੀ ਬੰਨ ਕੇ ਅ ਕਿਤਾਬ ਪੜ ਦਿੰਦੀ ਹੈ ਤੇ ਫਿਰ ਅਸੀਂ ਟ੍ਰੇਨਿੰਗ ਵੀ ਦਿੰਨੇ ਆ 10000 ਰੁਪਏ ਇੱਕ ਹਫਤੇ ਦਾ ਲੈਨੇ ਆ ਤੇ ਬੰਦੇ ਦਾ ਬੱਚੇ ਦਾ ਦਿਮਾਗ ਇੰਨਾ ਤੇਜ਼ ਹੋ ਜਾਂਦਾ ਉਹ ਬੁੱਕ ਹੈ ਜਿਹੜੀ ਅੱਖਾਂ ਤੇ ਪੱਟੀ ਬੰਨ ਕੇ ਪੜ ਸਕਦਾ ਤੇ ਹੁਣ ਅਸੀਂ ਨੇ ਕੀ ਕੀਤਾ ਸਾਨੂੰ ਪਤਾ ਹੈ ਵੀ ਜਿੱਦਾਂ ਹੁਣ ਇਹ ਨੱਕ ਹੈ ਜੇ ਇੱਥੇ ਆਪਾਂ ਪੱਟੀ ਬੰਨੀਏ ਤਾਂ ਉਹ ਨੱਕ ਦੇ ਕਾਰਨ ਇੱਥੇ ਵਿਰਲ ਰਹਿ ਜਾਂਦੀ ਏ ਥੋੜੀ ਜੀ ਇਹਦੇ ਵਿੱਚੋਂ ਦੀ ਦਿਸਦਾ ਹੁਣ ਉਹਨਾਂ ਨੇ ਪੱਟੀ ਬੰਨਦੇ ਆ ਤੇ ਇਥੋਂ ਨੀਚੇ ਤੋਂ ਐ ਕਿਤਾਬ ਰੱਖ ਕੇ ਉਹ ਪੜੀ ਜਿੱਦਾਂ ਹੁਣ ਮੇਰੇ ਐਨਕ ਲੱਗੇ ਹੋਏ ਆ ਐਨਕ ਦੇ ਨੀਚੇ ਦੀ ਵੀ ਮੈਨੂੰ ਦਿਸਦਾ ਮੈਂ ਪੜ ਸਕਦਾ ਇਹ ਐਨਕ ਨੂੰ ਆਪਾਂ ਪੱਟੀ ਮੰਨ ਲਈਏ ਤੇ ਅਸੀਂ ਕੀ ਕੀਤਾ ਉਸ ਦੇ ਜਿਹੜੀ ਸਵਿਮਿੰਗ ਵਾਲੀ ਐਨਕਾ ਉਹਨੇ ਪੱਟੀ ਬੰਨ ਲਈ ਉਹ ਕਹਿੰਦਾ ਤੁਸੀਂ ਮੰਨ ਦੋ ਅਸੀਂ ਕਹਾਂ ਨਹੀਂ ਤੁਸੀਂ ਬੰਨ ਲਓ ਉਹਦੇ ਉੱਤੇ ਜਿਹੜੀ स्विਮਿੰਗ ਵਾਲੀ ਐਨਕਾ ਉਹ ਲਾਤੀ ਉਹ ਹੁਣ نیچے ਦੀ ਪਾਣੀ ਦਾ ਟੁੱਪਕਾ ਵੀ ਨਹੀਂ ਜਾ ਸਕਦਾ ਉਹ ਪੜ ਨਹੀਂ ਸਕੀ ਕੁੜੀ ਰੋਣ ਲੱਗ ਗਈ ਜਾਨੀ ਫਿਰ ਇਹਨਾਂ ਦਾ ਤਰੀਕਾ ਹੁੰਦਾ ਜੀ ਇਹ ਕੁੜੀ ਖਬਰਾ ਗਈ ਫੇਰ ਡਰ ਗਈ ਕੁੜੀ ਤੇ ਉਹ ਉਥੋਂ ਚਲਾ ਗਿਆ ਕਾਰਨ ਇਹ ਹੀ ਆ ਵੀ 헤ਰਾਫੇਰੀ ਕਰਦੇ ਨੇ ਤੇ ਫਿਰ ਇੱਕ ਇਥੇ ਸ਼ਾਇਦ ਜਲੰਧਰ ਵਾਲੇ ਇੱਕ ਪਿੰਡ ਸ਼ਹਿਰ ਤੋਂ ਅਸੀਂ 1.5 ਲੱਖ ਰੁਪਏ ਦੇ ਲਗਭਗ ਵਾਪਸ ਕਰਾਇਆ ਜਿਹੜਾ ਉਹਨਾਂ ਨੇ ਬੱਚਿਆਂ ਤੋਂ ਇਹ ਸਿਖਾਉਣ ਵਾਸਤੇ ਲਿਆ ਹੋਇਆ ਸੀ ਤੇ ਕਿੰਨੇ ਹੋ ਜਾਂਦੇ ਹਜੇ ਤਾਂ ਕਿਉਂਕਿ ਹਰ ਪੇਰੈਂਟਸ ਨੂੰ ਆਏ ਵੀ ਮੇਰਾ ਬੱਚਾ ਹੁਸ਼ਿਆਰ ਹੋਵੇ ਤੇ ਉਹਨਾਂ ਨੇ ਕਰੋੜਾਂ ਰੁਪਏ ਇੱਥੋਂ ਲੁੱਟ ਕੇ ਲੈ ਜਾਣਾ ਸੀ ਜੇ ਅਸੀਂ ਇਹ ਐਕਸਪੋਜ਼ ਨਾ ਕਰਦੇ ਕਹਿੰਦੇ ਆਪਣੇ ਦੇਸ ਵਿੱਚ ਅੰਧਵਿਸ਼ਵਾਸ ਬੜਾ ਹੈ ਬਿੱਲੀ ਰਸਤਾ ਕੱਟ ਗਈ ਅੱਗੇ ਨਹੀਂ ਵਧਣਾ ਆਏਗਾ ਆਪਾਂ ਹਨਾ ਹਾਂਜੀ ਕਹਿੰਦੇ ਧੀ ਦੇ ਘਰ ਜਾ ਕੇ ਕੋਈ ਪਾਣੀ ਦਾ ਗਲਾਸ ਤੱਕ ਨਹੀਂ ਪੀਣਾ ਆਏਗਾ ਰੋਟੀ ਤੱਕ ਨਹੀਂ ਖਾਣੀ ਹੈਗੀ ਬੜੇ ਤਰ੍ਹਾਂ ਦੇ ਅੰਧਵਿਸ਼ਵਾਸ ਨੇ ਹਨਾ ਸ਼ਾਮ ਤੋਂ ਬਾਅਦ ਸੂਰਨ ਢਲਣ ਤੋਂ ਬਾਅਦ ਸੰਸਕਾਰ ਨਹੀਂ ਕਰਨਾ ਹੈਗਾ ਹਾ ਝਾੜੂ ਨਹੀਂ ਲਗਾਣਾ ਹੈਗਾ ਹਾਂ ਜਿੱਦਾਂ ਹੁਣ ਆਵੇ ਸੰਸਕਾਰ ਫਰਜ਼ ਕਰੋ ਵੀ ਦਿਨ ਛੇਪਣ ਤੋਂ ਬਾਅਦ ਨਹੀਂ ਕਰਨਾ ਹੁਣ ਕੀ ਹੈ ਬੇ ਪਹਿਲਾਂ ਜਦੋਂ ਇਹ ਗੱਲਾਂ ਬਣੀਆਂ ਇਹ ਤਾਂ ਪ੍ਰਾਣੀਆਂ ਨੇ ਨਾ ਚੱਲੀਆਂ ਆ ਰਹੀਆਂ ਅਸੀਂ ਤਾਂ ਉਹ ਮੰਨ ਲੀਆਂ ਜਿਹੜੇ ਸਾਡੇ ਬਜ਼ੁਰਗਾਂ ਨੇ ਬਣਾਈਆਂ ਉਦੋਂ ਮਸ਼ੀਨਰੀ ਨਹੀਂ ਸੀ ਉਦੋਂ ਪੈਦਲ ਆਉਂਦੇ ਸੀ ਹੁਣ ਇੱਕ ਬੰਦਾ ਪੈਦਲ ਆਇਆ 10 ਕਿਲੋਮੀਟਰ ਤੋਂ ਚੱਲ ਕੇ ਆਇਆ ਸੰਸਕਾਰ ਹੋਇਆ 6 ਵਜੇ ਤੇ ਹਨੇਰਾ ਹੋ ਗਿਆ ਤੁਰਾ ਕਿੱਥੇ ਜਾਊਗਾ ਰਾਤ ਨੂੰ ਜਾ ਨਹੀਂ ਸਕਦਾ ਠਹਿਰੂਗਾ ਕਿਦੇ ਇੱਕ ਤਾਂ ਉਹਨਾਂ ਦੇ ਘਰ ਪਹਿਲੇ ਹੀ ਮੁਸੀਬਤ ਹੈ ਜੇ ਉਹਨਾਂ ਦੇ 20 ਬੰਦੇ 30 ਬੰਦੇ ਰਹਿ ਜਾਂਦੇ ਆ ਹੁਣ ਜੇ ਤਾਂ ਖੁਸ਼ੀ ਦਾ ਮੌਕਾ ਵਿਆਹ ਹੈ ਫਿਰ ਤਾਂ ਚਾਹੇ 50 ਰਹਿ ਜਾਣ ਪਾ ਦੇ ਪਾ ਦੇ ਕਿ ਉਹ ਕੰਮ ਕਰਨਗੇ ਤਾਂ ਆਪ ਦੁਖੀ ਆ ਉਹਨਾਂ ਦਾ ਇੱਕ ਮੈਂਬਰ ਦੀ ਮੌਤ ਹੋ ਗਈ ਇਸ ਕਰਕੇ ਆ ਵੀ ਜਦੋਂ ਸੰਸਕਾਰ ਤੋਂ ਬਾਅਦ ਇਹ ਪਰਿਵਾਰ ਦੇ ਉੱਤੇ ਕੋਈ ਬੋਝ ਨਾ ਬਣੇ ਉਹ ਸੰਸਕਾਰ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਜਾਂਦੇ थे ਇਸ ਕਰਕੇ ਕੀਤਾ ਹੋਇਆ ਸੀ ਵੀ ਜਿਹੜਾ ਸੰਸਕਾਰ ਹੈ ਉਹ ਦਿਨੇ-ਦਿਨੇ ਕਰਨਾ ਚਾਹੀਦਾ ਰਾਤ ਨੂੰ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਭੋਗ ਦਾ ਵੀ ਹੈ ਜੇ ਖੁਸ਼ੀ ਦਾ ਭੋਗ ਹੈ ਉਹ 10 ਵਜੇ ਪਾ ਦਿੰਦੇ ਆ ਉਹ ਇਹ ਆ ਵੀ ਇੱਕ ਦਿਨ ਪਹਿਲਾਂ ਮਹਿਮਾਨ ਆ ਜਾਣਗੇ ਜਿਹੜਾ ਦ ਗਮ ਦਾ ਭੋਗ ਹੈ ਮੌਤ ਦਾ ਭੋਗ ਹੈ ਉਹ ਇੱਕ ਤੋਂ ਦੋ ਪਾਉਣਾ ਇੱਕ ਤੋਂ ਦੋ ਮਤਲਬ ਹੈ ਜੇ ਦੂਰ ਤੋਂ ਚੱਲ ਕੇ ਆਉਣਾ ਦੁਪਹਿਰ ਤੱਕ ਆਜੂ 10 ਵਜੇ ਤੱਕ ਉਤੋਂ ਨਹੀਂ ਆਇਆ ਜਾ ਸਕਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਬਣੀਆਂ ਨੇ ਇਹਨਾਂ ਦਾ ਕੋਈ ਨਾ ਕੋਈ ਕਾਰਨ ਹੈ ਯਾਨੀ ਪਹਿਲਾਂ ਸਾਡੇ ਲੋਕ ਤਰਕਸ਼ੀਲ ਸੀ ਹੁਣ ਜਾਨੀ ਕੁਝ ਚਲਾਕ ਲੋਕਾਂ ਨੇ ਬਹਿਮ ਭਰਮ ਫਲਾ ਕੇ ਪੜੇ ਲਿਖੇ ਲੋਕਾਂ ਨੂੰ ਵੀ ਮੂਰਖ ਬਣਾ ਲਿਆ ਅੰਧਵਿਸ਼ਵਾਸੀ ਬਣਾ ਲਿਆ ਤੇ ਉਹ ਇਸ ਤਰ੍ਹਾਂ ਦੇ ਬਹਿਮ ਕਰਦੇ ਆ ਜਿਨ੍ਹਾਂ ਦਾ ਅੱਜ ਕੋਈ ਤੁੱਕ ਨਹੀਂ ਹੈਗਾ ਜਿਵੇਂ ਬਿੱਲੀ ਰਸਤਾ ਕੱਟਣ ਦਾ ਬਿੱਲੀ ਰਸਤਾ ਕੱਟਣ ਦਾ ਕੋਈ ਨੁਕਸਾਨ ਨਹੀਂ ਹੈਗਾ ਬਿੱਲੀ ਰਸਤਾ ਕੱਟ ਜੇ ਹੈ ਜਿਹੜਾ ਕੰਮ ਤੁਸੀਂ ਜਾ ਰਹੇ ਹੋ ਉਹਦਾ ਕੋਈ ਐ ਨਹੀਂ ਵੀ ਉਹਦੇ ਵਿੱਚ ਰੁਕਾਵਟੋ ਜੇ ਕੋਈ ਰੁਕਾਵਟ ਹੁੰਦੀ ਆ ਤਾਂ ਉਹਦਾ ਕੋਈ ਕਾਰਨ ਆ ਤੁਸੀਂ ਤਹਿਸੀਲਦਾਰ ਨੂੰ ਮਿਲਣ ਜਾਣਾ ਤੇ ਤੁਸੀਂ ਉੱਥੇ ਗਏ ਬਿੱਲੀ ਨੇ ਰਸਤਾ ਕੱਟਿਆ ਤੇ ਤੁਸੀਂ ਜਾ ਕੇ ਦੇਖਿਆ ਉੱਥੇ ਤੇ ਤਹਿਸੀਲਦਾਰ ਮਿਲਿਆ ਨਹੀਂ ਜੇ ਤਾਂ ਤੁਸੀਂ ਬਹਿਮੀ ਨਹੀਂ ਆਂ ਅંધ ਵਿਸ਼ਵਾਸੀ ਨਹੀਂ ਆਂ ਤੁਸੀਂ ਪੁੱਛੋਗੇ ਵੀ ਤਹਿਸੀਲਦਾਰ ਤੋਂ ਰੀਡਰ ਤੋਂ ਪੁੱਛ ਲਓ ਚਪੜਾਸੀ ਤੋਂ ਪੁੱਛ ਲਓ ਉਹ ਦੱਸ ਦੇਣਗੇ ਵੀ ਉਹ 2 ਦਿਨ ਦੀ ਛੁੱਟੀ ਤੇ ਨੇ ਤੇ ਤੁਸੀਂ ਆਪਣਾ 3 ਤੀਸਰੇ ਦਿਨ ਚਲੇ ਜਾਓਗੇ ਜੇ ਤੁਸੀਂ ਬਹਿਮੇ ਹੋ ਤੁਸੀਂ ਕਹੋਗੇ ਹੋ ਹੋ ਅੱਜ ਤਾਂ ਬਿੱਲੀ ਰਸਤਾ ਕੱਟ ਗਈ ਸੀ ਅੱਜ ਤਾਂ ਬੇਟੇ ਨੇ ਮੈਨੂੰ ਭਰਾ ਨੇ ਪਿੱਛੋਂ ਆਵਾਜ਼ ਮਾਰਤੀ ਸੀ ਅੱਜ ਤਾਂ ਉਹ ਮੱਥੇ ਲੱਗਿਆ ਸੀ ਉਹ ਮੱਥੇ ਲੱਗਿਆ ਵੱਡਾ ਮੜ ਤੇ ਦੂਸਰੇ ਦਿਨ ਫੇਰ ਤੁਸੀਂ ਚਲੇ ਜਾਓਗੇ ਫੇਰ ਜਾ ਕੇ ਦੇਖੋਗੇ ਤੁਹਾਡਾ ਦੂਜੇ ਦਿਨ ਦਾ ਵੀ ਚੱਕਰ ਇਦਾਂ ਹੀ ਜਾਊ ਕਿਉਂਕਿ ਤਹਿਸੀਲਦਾਰ ਤਾਂ ਦੋ ਦਿਨ ਦੀ ਛੁੱਟੀ ਤੇ ਸੋ ਇਸ ਕਰਕੇ ਬਿੱਲੀ ਆ ਜਿਹੜੀ ਇਹ ਡਰਨ ਵਾਲਾ ਜਾਨਵਰ ਹੋਣ ਕਰਕੇ ਇਹ ਰਸਤੇ ਤੇ ਨਹੀਂ ਚੱਲਦੀ ਉਹ ਇੱਕ ਘਰੋਂ ਦੂਜੇ ਘਰ ਦੇ ਉੱਤੇ ਜਾਂਦੀ ਆ ਇੱਕ ਰਸਤੇ ਤੋਂ ਜੇ ਸੜਕ ਤੇ ਵੀ ਜਾਊ ਉਹ ਸੜਕ ਤੇ ਨਹੀਂ ਜਾਊ ਖੇਤਾਂ ਵਿੱਚ ਦੀ ਜਾ ਕੇ ਜਦੋਂ ਸੁਨਣਾ ਹੋਊਗਾ ਕੋਈ ਇੱਧਰ ਉੱਧਰ ਨਹੀਂ ਜਾ ਰਿਹਾ ਖਾਲੀ ਰਸਤੇ ਤੋਂ ਇੱਧਰ ਉੱਧਰ ਜਾਂਦੀ ਆ ਇਹ ਉਹਦਾ ਸਧਾਰਨ ਕਿਰਿਆ ਤੇ ਉਹਦਾ ਸਾਡੇ ਕੰਮ ਨਾਲ ਕੋਈ ਸਬੰਧ ਨਹੀਂ ਹੈਗਾ ਜਣੀ ਅਸੀਂ ਬਿਲਕੁਲ ਨਹੀਂ ਸੋਚਦੇ ਸਾਤੋਂ ਜਿਹੜਾ ਹੁਣ ਮੰਗਲਗ੍ਰਹਿ ਸਾਤੋਂ 7 ਕਰੋੜ ਕਿਲੋਮੀਟਰ ਦੂਰ ਹੈ ਤੋ ਸੂਰਜ ਦੇ ਆਲੇ-ਦਾਲੇ ਚੱਕਰ ਲਾਉਂਦਾ ਉਹਦਾ ਕੰਮ ਕੀ ਆ ਸਾਡੇ ਮੁੰਡੇ ਕੁੜੀਆਂ ਦੇ ਵਿਆਹ ਚ ਟੰਗ ਅੜਾਉਣੀ ਉਹਨਾਂ ਦੇ ਵਿਆਹ ਨਹੀਂ ਹੋਣ ਦਿੰਦਾ ਦੱਸੋ ਇਹ ਕੋਈ ਤੁੱਕ ਬਣਦੀ ਐ ਇਹ ਧਰਤੀ ਵਰਗਾ ਕੋਸੂਰ ਜਿਹਾ ਇੱਕ ਗ੍ਰਹਿ ਆ ਜਿਹੜਾ ਆਲੇ-ਦਾਲੇ ਘੁੰਮਦਾ ਸਾਡੇ ਵਿਆਹ ਮਰਜ਼ੀ ਜਿਹਦਾ ਵਿਆਹ ਮਰਜ਼ੀ ਹੋ ਜਵੇ ਉਹਨੂੰ ਉਹਦੇ ਵਿੱਚ ਕੀ ਤਕਲੀਫ ਐ ਜਾਂ ਉਹਦਾ ਕੀ ਦਾਖ ਲੰਦਾ ਜੇ ਕਿਉਂ ਉਹ ਲੜਾਈ ਪਵਾਊਗਾ ਕਿਉਂ ਉਹ ਕਰਾਊ ਐਂ ਸਨੀ ਆ ਸ਼ਨੀ ਹੁਣ ਸਭ ਤੋਂ ਵੱਧ ਜਿਹੜੇ ਗ੍ਰਹਿ ਨੇ ਜਿਹੜੇ ਪ੍ਰਾਣੇ ਉਹਨਾਂ 'ਚ ਗਿਣਿਆ ਜਾਂਦਾ ਜਦੋਂ ਨਵੇਂ ਗ੍ਰਹਿਾਂ ਦੀ ਖੋਜ ਨਹੀਂ ਹੋਈ ਸੀ ਜਦੋਂ ਜੋਤਸ਼ ਵਿਦਿਆ ਚੱਲੀ ਐ ਤੇ ਉਹ ਸ਼ਨੀ ਗ੍ਰਹਿ ਆ ਦੂਰ ਆ ਦੂਰ ਕਰਕੇ ਜਾਣੀ ਉਹਦਾ ਮਾੜਾ ਇਸ ਗੱਲ ਤੇ ਕਹਿ ਸਕਦੇ ਆ ਵੀ ਜਿਹੜਾ ਬੁੱਧ ਗ੍ਰਹਿ ਆ ਉਹ ਨੇੜੇ ਆ ਉਹਦਾ ਛੇਤੀ ਚੱਕਰ ਹੋ ਜਾਂਦਾ ਸ਼ੁਕਰ ਦਾ ਉਦੋਂ ਬਾਅਦ ਚ ਧਰਤੀ ਆਪਣੇ ਤੀਜੇ ਨੰਬਰ ਤੇ ਆ ਆਪਣਾ ਇੱਕ ਸਾਲ ਲੱਗਦਾ ਉਹਨਾਂ ਨੂੰ ਫਿਰ ਕੋਈ ਕੋਈ ਸਾਲ ਲੱਗ ਜਾਂਦੇ ਆ ਉਹਨਾਂ ਨੂੰ ਤੇਰ ਲੱਗਦੀ ਐ ਇਸ ਕਰਕੇ ਮਾੜਾ ਪਰ ਇਹ ਨਹੀਂ ਵੀ ਸ਼ਨੀ ਗ੍ਰਹਿ ਏ ਤੁਹਾਡੇ ਤੇ ਆ ਗਿਆ ਤੁਹਾਨੂੰ ਨੌਕਰੀ ਨਹੀਂ ਮਿਲਦੀ ਤੁਹਾਡੇ ਤੇ ਸ਼ਨੀ ਗ੍ਰਹਿ ਤੁਸੀਂ ਬਿਮਾਰ ਹੋਗੇ ਤੁਹਾਡੇ ਤੇ ਸ਼ਨੀ ਗ੍ਰਹਿ ਤੁਸੀਂ ਕੋਈ ਹੋਰ ਕੰਮ ਤੁਹਾਡਾ ਐਕਸੀਡੈਂਟ ਹੋ ਗਿਆ ਸ਼ਨੀ ਗ੍ਰਹਿ ਸ਼ਨੀ ਹੁਣ ਇਹ ਕੰਮ ਥੋੜੋ ਕਰਦਾ ਸਾਡੇ ਮੋਟਰਸਾਈਕਲ ਨੂੰ ਕਿਸੇ ਦੇ ਵਿੱਚ ਮਾਰ ਦੋ ਜਾਂ ਕੰਦ ਦੇ ਵਿੱਚ ਮਰਵਾ ਦੂ ਇਹ ਸਾਡੇ ਬੈਂਮ ਨੇ ਬਿਲਕੁਲੇ ਸੋਚਣ ਵਾਲੀ ਗੱਲ ਜ਼ਰੂਰ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਅੰਧਵਿਸ਼ਵਾਸ ਦੇ ਵੱਲ ਧਿਆਨ ਦੰਨੇ ਆ ਤਾਂ ਇਹ ਗੱਲਾਂ ਸੋਚਣ ਦੀ ਜ਼ਰੂਰ ਹੈ ਜਿਹੜੀ ਦੱਸ ਰਹੇ ਨੇ ਮੈਂ ਦੇਖ ਰਿਹਾ ਕਿ ਇਸ ਤਰਫ ਇਹ ਗੁਲਾਬ ਦਾ ਫੁੱਲ ਪਿਆ ਹੈ ਨਾ ਇੱਕ ਹਾਂਜੀ ਇਹ ਕਿਹੜਾ ਮੈਜਿਕ ਹੈ ਇਹ ਵੀ ਮੈਂ ਦੇਖਿਆ ਨੇ ਮਤਲਬ ਜਿਸ ਤਰ੍ਹਾਂ ਟੀਵੀ ਦੇ ਉੱਪਰ ਦਿਖਾਉਂਦੇ ਨੇ ਨਾ ਮੈਜਿਕ ਇਹ ਵੀ ਮੈਂ ਦੇਖਿਆ ਹੋਇਆ ਜ਼ਰੂਰ ਸਾਰਿਆਂ ਨੇ ਦੇਖਿਆ ਹੋਵੇਗਾ ਹਾਂ ਇਹ ਜਿੱਦਾਂ ਇਹ ਮੈਜਿਕ ਹੈ ਇਹ ਕੀ ਕਰਦੈ ਨਾ ਕੁਝ ਚਲਾਕ ਬਾਬੇ ਹੋ ਕੀ ਕਰਦੈ ਨਾ ਵੀ ਜਿੱਦਾਂ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ ਇਸ ਕਰਕੇ ਹਰ ਚਾਹੁੰਦਾ ਵੀ ਬੱਚਾ ਹੋਵੇ ਤੇ ਬਿਲਕੁਲ ਇੱਕ ਮੈਨੂੰ ਇਹ ਫੁੱਲ ਦਿਖਾਈ ਦੇ ਰਿਹਾ ਤੇ ਫੁੱਲ ਟੀਵੀ ਤੇ ਵੀ ਦੇਖਦੇ ਆ ਕਿ ਲੋਕ ਜਿਹੜੇ ਜਾਦੂ ਦਿਖਾਉਂਦੇ ਨੇ ਨਾ ਫਿਲਮਾਂ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਦਿਖਾਉਂਦੇ ਨੇ ਤਾਂ ਉੱਥੇ ਵੀ ਇਹ ਦਿਖਾਈ ਦਿੰਦਾ ਹੁੰਦਾ ਤੁਹਾਡੇ ਕੋਲ ਵੀ ਪਿਆ ਮੈਂ ਕਮਾਂਗਾ ਦਿਖਾਓ ਐਕਸਪੋਜ਼ ਕਰੋ ਨੂੰ ਵੀ ਕਿਸ ਤਰ੍ਹਾਂ ਮਤਲਬ ਇਹ ਜਾਦੂ ਹੁੰਦਾ ਕਿਸ ਤਰ੍ਹਾਂ ਟ੍ਰਿਕ ਹੁੰਦੀ ਹੈ ਸਾਰੀ ਹਾਂ ਇਹ ਅਸੀਂ ਤਾਂ ਜਣੀ ਜਦੋਂ ਕਰਦੇ ਆ ਤੇ ਹਾਂ ਲੋਕਾਂ ਨੂੰ ਨਾਜ਼ਰ ਬੰਨੀ ਵੀ ਕਿਵੇਂ ਆ ਉਹ ਦੱਸ ਦਿਆ ਪਰ ਹੁਣ ਜਿਹੜਾ ਚਲਾਕ ਲੋਕ ਨੇ ਉਹ ਕੀ ਕਰਦੇ ਨੇ ਇਹਨੂੰ ਲੈ ਜਾਂਦੇ ਆ ਹੁਣ ਇਹਨੂੰ ਬੰਗਾਲ ਦਾ ਜਾਦੂ ਕਿਉਂ ਕਹਿੰਦੇ ਨੇ ਇਹ ਕਲਕੱਤੇ ਬਣਦੀਆਂ ਨੇ ਚੀਜ਼ਾਂ ਤੇ ਕਲਕੱਤਾ ਬੰਗਾਲ ਦੇ ਵਿੱਚ ਹੈ ਇਸ ਕਰਕੇ ਇਹਨੂੰ ਬੰਗਾਲ ਦਾ ਜਾਦੂ ਕਹਿੰਦੇ ਨੇ ਹੁਣ ਇੱਕ ਬਾਬਾ ਲੈ ਗਿਆ ਇਹ ਸੱਤ ਸੱਤੋਂ ਦੇਖ ਕੇ ਉਹਨੇ ਲੈ ਇੱਕ ਬਾਬਾ ਫਲ ਪਾਉਂਦਾ ਸੀ ਜੇ ਕਿਤੇ ਮੁੰਡਾ ਹੋਣਾ ਤਾਂ ਉਹ ਫਲ ਪਾਉਂਦਾ ਸੀ ਸਾਡਾ ਮਰਦ ਪ੍ਰਧਾਨ ਸਮਾਜ ਆ ਸਾਡੇ ਲੋਕ ਚਾਹੁੰਦੇ ਨੇ ਵੀ ਮੁੰਡਾ ਹੋਵੇ ਬਹੁਤੇ ਲੋਕ ਅੱਜ ਪੜ੍ਹੇ ਲਿਖੇ ਸਮਾਜ ਦੇ ਵਿੱਚ ਜਿਹੜੇ ਕੁੜੀਆਂ ਨੂੰ ਪਸੰਦ ਵੀ ਕਰਦੇ ਨੇ ਜੇ ਉਹਨਾਂ ਦਾ ਪਹਿਲੀ ਕੁੜੀ ਹੋ ਜੂ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਦੂਜਾ ਤਾਂ ਮੁੰਡਾ ਜ਼ਰੂਰ ਹੋਵੇ ਉਹ ਤਾਂ ਫਿਰ ਜ਼ਰੂਰ ਕਿਸੇ ਬਾਬੇ ਕੋਲ ਜਾਂਦੇ ਨੇ ਜੇ ਫਲ ਫਲ ਪਵਾਉਂਦੇ ਨੇ ਜਾਂ ਕਿਤੇ ਹੋਰ ਉਸ ਤਰ੍ਹਾਂ ਜਾਂਦੇ ਨੇ ਬਹੁਤੇ ਲੋਕ ਨੇ ਸਾਰੇ ਨਹੀਂ ਹੁਣ ਕੀ ਆਵੇ ਉਹ ਬਾਬਾ ਫੁੱਲ ਪਾ ਇੱਕ ਫਲ ਪਾਉਂਦਾ ਸੀ ਇੱਕ ਹੋਰ ਬਾਬਾ ਆ ਗਿਆ ਕਹਿੰਦਾ ਫੁੱਲ ਪਾਉਂਦਾ ਉਹਦਾ ਇਦੋਂ ਵਧੀਆ ਉਹਦਾ ਨਾ ਪ੍ਰਭਾਵਸ਼ਾਲੀ ਕੰਮ ਹੋ ਕੀ ਕਰਦਾ ਜਦ ਕੋਈ ਔਰਤਾਂ ਉਹਦੇ ਕੋਲ ਜਾਂਦੀਆਂ ਨੇ ਔਰਤ ਬੈਠੀ ਆ ਬੀਬੀ ਉਹਦੇ ਬੱਚਾ ਹੋਣਾ ਉਹਨੂੰ ਕਹਿੰਦਾ ਵੀ ਦੇਖ ਬੀਬੀ ਆ ਫੁੱਲ ਤੋੜ ਕੇ ਮੈਂ ਆਪਣੀ ਮੁਠੀ ਚ ਬੰਦ ਕਰ ਲਿਆ ਲਾ ਫੁੱਲ ਮੈਂ ਹੁਣ ਤੇਰੀ ਕੁੱਖ ਦੇ ਵਿੱਚ ਸੁੱਟਦਾ ਹੁਣ ਇਹ ਫੁੱਲ ਹੈ ਜਿਹੜਾ ਤੇਰੀ ਕੁੱਖ ਚ ਚਲਿਆ ਗਿਆ ਇਹ ਬੜਾ ਕਰਾਮਾਤੀ ਫੁੱਲ ਹੈ ਹੁਣ ਤੇਰੇ ਮੁੰਡਾ ਹੋਊਗਾ ਤੇ ਹੁਣ ਕੁਦਰਤ ਦਾ ਨਿਯਮ ਹੈ 50% ਮੁੰਡੇ 50% ਕੁੜੀਆਂ ਤੇ ਜਦੋਂ ਅਸੀਂ ਪੜਦੇ ਸੀ ਜਦ ਮੈਂ ਪੜਦਾ ਸੀ ਉਦੋਂ 990 ਕੁੜੀਆਂ ᱛੀਆਂ 1000 ਮੁੰਡੇ ਪਿੱਛੇ ਫੇਰ ਆਪਣੇ ਘੱਟ ਕੇ 703 ਰਹਿ ਗਈਆਂ ਇਹ ਨਹੀਂ ਵੀ ਬਾਬੇ ਫੁੱਲ ਪਾਉਣ ਲੱਗੇ ਜਾਂ ਫਲ ਉਹ ਤਾਂ ਪੂਰਨ ਹੱਤਿਆ ਹੋਈ ਆ ਉਹਦੇ ਕਰਕੇ ਘਟਿਆ ਇਹਨਾਂ ਦੇ ਧਾਗਾ ਦੇਣ ਨਾਲ ਜਾਂ ਫੁੱਲ ਪਾਉਣ ਨਾਲ ਫਲ ਪਾਉਣ ਨਾਲ ਮੁੰਡਾ ਨਹੀਂ ਹੋ ਸਕਦਾ ਮੁੰਡੇ ਉਨੇ ਹੀ ਹੋਣੇ ਨੇ ਕੁਦਰਤ ਦੇ ਜਿੰਨਾ ਨਿਜਮ ਹੈ ਜਿਵੇਂ ਜੇ ਕਿਸੇ ਪਿੰਡ ਦੇ ਵਿੱਚ ਜਿੰਨੇ ਮੱਝਾਂ ਨੇ ਉਹਨਾਂ ਦੇ ਅੱਧੇ ਕੱਟੇ ਅੱਧੀਆਂ ਕਟੀਆਂ گاਵਾਂ ਦੇ ਅੱਧੇ ਬੱਚੇ ਅੱਧੀਆਂ ਬੱਚੀਆਂ ਇਹ ਹੋਣ ਗਿਆ ਹੁਣ ਜਦੋਂ ਵੀ ਕੋਈ ਬੀਬੀ ਜਾਊਗੀ ਕਿਸੇ ਬਾਬੇ ਕੋਲ ਉਹ 150 ਰੁਪਏ ਤਾਂ ਮੁੱਠਾ ਟੇਕੂ ਜੇ ਸ਼ਾਮ ਨੂੰ ਵੀ ਚੱਲेंगीਆਂ 1200 2000 ਤੱਕ ਦਿਹਾੜੀ ਆਦੀ ਉਹਦਾ ਬਣ ਗਈ ਹਜ਼ਾਰ ਦਸਾਂ ਦੇ 20ਾਂ ਦੇ ਵਿੱਚੋਂ 5-7 ਦੇ ਮੁੰਡੇ ਹੋਗੇ ਚਲਦੇ 10 ਦਿਨ ਹੋਏ 5-7 ਦੇ ਵੀ ਹੋਗੇ ਉਹ ਫਿਰ ਨਾਲੇ ਹੋਰ ਪ੍ਰਚਾਰ ਕਰਨਗੇ ਨਾਲੇ ਉੱਥੇ ਜਾ ਕੇ ਬਾਬੇ ਨੂੰ ਪੈਸੇ ਹੋਰ ਦੇ ਕੇ ਆਉਣਗੇ ਗਿਫਟ ਦੇ ਕੇ ਆਉਣਗੇ ਕੰਨਾਂ ਕੋਲ ਪ੍ਰਾਪਰਟੀ ਜਿਆਦਾ ਹੁੰਦੀ ਆ ਉਹ ਤਾਂ ਕਈ ਵਾਰੀ 10 10 20 20 ਲੱਖ ਦੀ ਗੱਡੀ ਵੀ ਬਾਬਿਆਂ ਨੂੰ ਭੇਟ ਕਰਿਆ ਹੁੰਦੇ ਨੇ ਹੁਣ ਇਹ 150 ਰੁਪਏ ਦੀ ਆਈਟਮ ਹੈ ਇਹ ਕੀ ਆ ਵੀ ਕਪਾਏ ਪਾਇਪ ਪਾਇਪ ਦੇ ਉੱਤੇ ਕਬੂਤਰ ਦੇ ਖੰਭ ਉਹਨਾਂ ਨੂੰ ਹਰਾ ਰੰਗ ਦੇ ਕੇ ਗੂੰਦ ਨਾਲ ਚਿਪਕੇ ਹੋਏ ਐਨੀਕ ਜਗ੍ਹਾ ਤੋਂ ਮੈਂ ਉਤਾਰ ਤੇ ਇਹਦੇ ਵਿੱਚ ਇੱਕ ਤਾਰ ਪਾਤੀ ਇਹ ਤਾਰ ਦੀ ਇੱਕ ੁੰਡੀ ਬਣਾਈ ਹੋਈ ਆ ਲੀਵਰ ਬਣਾਤਾ ਇਹ ਲੀਵਰ ਦੇ ਉੱਤੇ ਫੁੱਲ ਪਾਇਆਤਾ ਜਦੋਂ ਇਹ ਲੀਵਰ ਨੂੰ ਆ ਉੱਪਰ ਨੂੰ ਕਰਦੇ ਆ ਹੇ ਫੁੱਲ ਉੱਪਰ ਆ ਜਾਂਦਾ ਜਦੋਂ نیچے ਕਰਦੇ ਆ ਫੁੱਲ نیچے ਆ ਜਾਂਦਾ ਹੁਣ ਅਸੀਂ ਵੀ ਕੀ ਕਰਦੇ ਆ ਵੀ ਜਦੋਂ ਇਦਾਂ ਫੁੱਲ ਦਿਖਾਉਨੇ ਆ ਇਹ ਕਹਿੰਦੇ ਆ ਫੁੱਲ ਤੋੜ ਲਿਆ ਜਦੋਂ ਬੰਦਾ ਦੇਖਦਾ ਵੀ ਤੋੜੂਗਾ ਇਹ ਉਹ ਟੁੱਟਣ ਕੰਨੇ ਖਿਆਲ ਜਾਂਦਾ ਤੇ ਅਸੀਂ ਅੰਗੂਠੇ ਨਾਲ نیچے ਕਰ ਦਿੰਦੇ ਜਾਨੀ ਏਹਰਾ ਫੇਰੀ ਇਹ ਤਾਂ ਲੋਕਾਂ ਦਾ ਪਬਲਿਕ ਦਾ ਧਿਆਨ ਉੱਪਰ ਲੈ ਜਾਣਾ ਜਿੱਦਾਂ ਇਹ ਹੀ ਸਾਡੇ ਸੁਭਾਅ ਦੇ ਵਿੱਚ ਹੋ ਰਿਹਾ ਜੇ ਇੱਥੇ ਸਾਡੇ ਬੇਰੁਜ਼ਗਾਰੀ ਆ ਸਾਡੇ ਇੱਥੇ ਭ੍ਰਿਸ਼ਟਾਚਾਰ ਹੈ ਸਾਡੇ ਇੱਥੇ ਬਿਮਾਰੀਆਂ ਨੇ ਸਾਡੇ ਇੱਥੇ ਭਰੂਣ ਹੱਤਿਆ ਸਾਡੇ ਇੱਥੇ ਹਸਪਤਾਲਾਂ 'ਚ ਇਲਾਜ ਨਹੀਂ ਸਾਡੇ ਇੱਥੇ ਸੜਕਾਂ ਟੁੱਟੀਆਂ ਹੋਈਆਂ ਨੇ ਇਹ 헤ਰਾ ਫੇਰੀ ਇੱਛੇ ਧਰਤੀ ਤੇ ਹੋ ਰਹੀ ਆ ਪਰ ਬਾਬੇ ਸਾਡਾ ਧਿਆਨ ਉੱਪਰ ਪਿਛਲੇ ਜਨਮਾਂ 'ਚ ਸਾਡੀ ਕਿਸਮਤ ਮਾੜੇ ਕਰਮਾਂ 'ਚ ਪਿਛਲੇ ਜਨਮਾਂ 'ਚ ਲਈ ਫਿਰਦੇ ਨੇ ਉੱਤੇ 헤ਰਾ ਫੇਰੀ ਨੀਚੇ ਧਿਆਨ ਉੱਪਰ ਅਸੀਂ ਵੀ ਇਦਾਂ ਹੀ ਕੀਤੇ ਆ 헤ਰਾ ਫੇਰੀ ਨੀਚੇ ਧਿਆਨ ਉੱਪਰ ਪਰ ਬਾਅਦ ਦੇ ਵਿੱਚ ਦੱਸ ਦਿੰਨੇ ਆ ਤੇ ਇਸ ਤਰ੍ਹਾਂ ਇਹਦਾ ਫਾਇਦਾ ਉਠਾ ਕੇ ਬਾਬੇ ਦੇਖ ਲੋ ਉਹ ਚਮਤਕਾਰ ਦੇ ਨਾਂ ਤੇ ਜਾਂ ਜਾਦੂ ਸਿੱਖ ਕੇ ਉਹ ਲੋਕਾਂ ਚ ਦੇ ਵਿੱਚ ਉਹ ਜਾਦੂ ਦਾ ਕਿਵੇਂ ਨਜਾਇਜ਼ ਫਾਇਦਾ ਠਾਉਂਦੇ ਨੇ ਕਿਵੇਂ ਲੋਕਾਂ ਨੂੰ ਲੁੱਟਦੇ ਨੇ ਕਿਵੇਂ ਉਹਨਾਂ ਦਾ ਸਮਾਂ ਖਰਾਬ ਕਰਦੇ ਨੇ ਜੇ ਆਮ ਲੋਕਾਂ ਨੂੰ ਪਤਾ ਲੱਗ ਜੇ ਵੀ ਮੁੰਡਾ ਕੁੜੀ ਕਿਸੇ ਧਾਗੇ ਨਾਲ ਜਾਂ ਕਿਸੇ ਮੰਤਰ ਦੇ ਨਾਲ ਨਹੀਂ ਹੋ ਸਕਦਾ ਉਹ ਨਹੀਂ ਜਾਣਗੇ ਉਹਨਾਂ ਦਾ ਕਿਰਾਇਆ ਬਚੂਗਾ ਉਹਨਾਂ ਦੀ ਦਿਹਾੜੀ ਬਚੂਗੀ ਉਹਨਾਂ ਦਾ ਸਮਾਂ ਬਚੂਗਾ ਤੇ ਬੰਦਾ ਚਲ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹ ਅਮੀਰ ਹੋ ਜਾਣਗੇ ਪਰ ਕੁਝ ਸੌਖੇ ਤਾਂ ਜ਼ਰੂਰ ਹੋ ਜਾਣਗੇ ਖਰਚੇ ਘਟਣ ਨਾਲ ਅਸੀਂ ਕੁਝ ਸੌਖੇ ਤਾਂ ਹੁੰਨੇ ਆ ਬਦਲਾਅ ਕਿੰਨਾ ਕੁ ਸਮਝਦੇ ਹਾਂ ਪਹਿਲਾ ਦੇ ਸਮੇਂ ਨਾਲ ਉਹ ਤੇ ਅੱਜ ਦੇ ਸਮੇਂ 'ਚ ਕਿੰਨਾ ਬਦਲਾਅ ਸਮਝ ਰਹੇ ਹਾਂ ਕਿੱਥੇ ਤੱਕ ਆ ਗਿਆ ਆਪਣਾ ਦੇਸ਼ ਹਾਂਜੀ ਹੁਣ ਜਾਨੀ ਸਾਡਾ ਜਾਨੀ ਇਹ ਹੈ ਵੀ ਨੁਕਸਾਨ ਇਹ ਹੈ ਵੀ ਅਸੀਂ ਸਾਡੀ ਗਿਣਤੀ ਬਹੁਤ ਘਟ ਹੈ ਜਿਹੜੇ ਆਪਣੇ ਵਿਮਾ ਭਰਮਾ ਚੋਂ ਕੱਢ ਦਿਆਂ ਇਹਦੇ ਚੈਨਲ ਬਹੁਤ ਘੱਟ ਨੇ ਜਿਹੜੇ ਲੋਕਾਂ ਨੂੰ ਬਹਿਮਾ ਭਰਮਾ ਚੋਂ ਕੱਢਦੇ ਨੇ ਜਾਦੇ ਕੀ ਐ ਵੀ ਜਾਦੇ ਲੋਕ ਟੀਵੀ ਦੇ ਉੱਤੇ ਜਦ ਮਰਜੀ ਲਾ ਲੋ ਉਹ ਚ ਅੰਧਵਸ਼ਫਾ ਫਲਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਕੋਈ ਆਪਣਾ ਜੰਤਰ ਵੇਚ ਰਿਹਾ ਵੀ ਇਹਦੇ ਨਾਲ ਤੁਹਾਡੇ ਪੈਸਾ ਘਰਜ ਜਾਊਗਾ ਵਧ ਜਾਊਗਾ ਕੋਈ ਵੇਚ ਰਿਹਾ ਵੀ ਇਹ ਤੁਹਾਡੀ ਰੱਖਿਆ ਕਰੂਗਾ ਜੇ ਰੱਖਿਆ ਕਰੂਗਾ ਤੁਸੀਂ ਇਹ ਲੀਡਰਾਂ ਨੂੰ ਦੇ ਦਿਓ ਐਨ ਐਨ ਸਿਕਿਉਰਿਟੀ ਤੇ ਰੱਖਿਓ ਨੇ ਉਹਨਾਂ ਤੋਂ ਕੋਈ ਹੋਰ ਕੰਮ ਲਿਆ ਜਾਵੇ ਲੋਕ ਚੋਰੀਆਂ ਹੁੰਦੀਆਂ ਨੇ ਜਾਂ ਹੋਰ ਇਸ ਤਰ੍ਹਾਂ ਦਾ ਉਹਨਾਂ ਦੀ ਹੋਰ ਜਗ੍ਹਾ ਡਿਊਟੀ ਲੀਡਰਾਂ ਨੂੰ ਕਿ ਉਹਨਾਂ ਨੂੰ ਦੇ ਦਿਓ ਸਿਕਿਉਰਿਟੀ ਦਾ ਸੁਰੱਖਿਆ ਕਵਚ ਤੇ ਉਹਨਾਂ ਨੂੰ ਪੈਸੇ ਦੇ ਦਿਓ ਜਿਹੜੇ ਕਰਪਸ਼ਨ ਕਰਦੇ ਨੇ ਲੀਡਰ ਉਹਨਾਂ ਨੂੰ ਦੇ ਦਿਓ ਤਾਂ ਕਿ ਸਾਡਾ ਪੈਸਾ ਜਿਹੜਾ ਲੋਕਾਂ ਦੇ ਉੱਤੇ ਟੈਕਸ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਹੁੰਦਾ ਉਹ ਪਬਲਿਕ ਤੇ ਖਰਚਣ ਤੇ ਉਹ ਪੈਸਾ ਉਹਨਾਂ ਕੋਲੋਂ ਜਿਹੜਾ ਧਨ ਰਾਸ਼ੀ ਉਹ ਵੇਚਦੇ ਨੇ ਉਹ ਉਹਨਾਂ ਨੂੰ ਦੇ ਦੇਣ ਪਰ ਇਦਾਂ ਦਾ ਨਹੀਂ ਹੁੰਦਾ ਪਰ ਫੇਰ ਵੀ ਜਿਹੜਾ ਅਸੀਂ ਕੰਮ ਕਰਦੇ ਆ ਜਿਵੇਂ ਅਸੀਂ ਸੁਸਾਇਟੀ ਬਣੀ ਐ 35 ਸਾਲਾਂ ਤੋਂ ਮੈਂ ਦੇਖ ਰਿਹਾ ਅੱਜ ਤੋਂ 40 ਸਾਲ ਪਹਿਲਾਂ ਸੰਗਰੂਰ ਦੇ ਵਿੱਚ ਇੱਕ ਕੁੜੀ ਦੇ ਵਿੱਚ ਉਹ ਥਾਣੇਦਾਰ ਦੀ ਕੁੜੀ ਸੀ ਪੁਲਿਸ ਲੈਣ ਦੇ ਵਿੱਚ ਰਹਿੰਦੇ ਸੀ ਉਹਦੇ ਵਿੱਚ ਜਿੰਨਾ ਆਉਂਦਾ ਸੀ ਤੋ ਕਈ ਮਹੀਨੇ ਇਹ ਚੱਲਦਾ ਰਿਹਾ ਲੋਕ ਆਉਂਦੇ ਰਹੇ ਦੇਖਦੇ ਰਹੇ ਸਾਰੇ ਪੰਜਾਬ ਦੇ ਵਿੱਚ ਖਬਰ ਫੈਲੀ ਉਦੋਂ ਕਿਉਂਕਿ ਸਾਡੀ ਸੁਸਾਇਟੀ ਬਣੀ ਨਹੀਂ ਸੀ ਹੁਣ ਸਾਡੇ ਹੁੰਦਿਆ ਜਦੋਂ ਪਤਾ ਲੱਗਿਆ ਬਈ ਭੂਤ ਹੈ ਜਿਹੜੀ ਉਹ ਗੁੱਤਾਂ ਕੱਟਦੀ ਆ ਕਈ ਕੁੜੀਆਂ ਦੇ ਗੁੱਤਾਂ ਕੱਟਦੇ ਆਂ ਕਈ ਜਨਾਨੀਆਂ ਦੇ ਗੁੱਤਾਂ ਕੱਟਦੇ ਆਂ ਕਈ ਮੁੰਡਿਆਂ ਦੇ ਜੂੜੇ ਕੱਟਦੇ ਤੇ ਉਹ ਹਫ਼ਤੇ ਦੇ ਵਿੱਚ ਵਿੱਚ ਅਸੀਂ ਐਕਸਪੋਜ਼ ਕਰਕੇ ਉਹ ਖਤਮ ਕਰਤਾ ਕਿਉਂਕਿ ਅਸੀਂ ਜਾ ਕੇ ਜਦੋਂ ਦੇਖਦੇ ਸੀ ਵੀ ਜਿਹੜੇ ਬਾਲ ਨੇ ਇਹ ਕੰਚੀ ਤੋਂ ਜਾਂ ਉਸ ਤੋਂ ਬਿਨਾਂ ਨਹੀਂ ਕੱਟੇ ਜਾ ਸਕਦੇ ਜਦ ਤੱਕ ਉਹਨੂੰ ਨਹੀਂ ਕਟਾਂਗੇ ਉਹ ਨਹੀਂ ਕੱਟ ਸਕਦੇ ਤੇ ਉਹ ਆ ਵੀ ਜਾਂ ਚਾਕੂ ਨਾਲ ਜਾਂ ਕੈਂਚੀ ਨਾਲ ਉਹਨਾਂ ਦੇ ਘਰ ਦੀ ਕੈਂਚੀ ਜਿਸ ਘਰ 'ਚ ਕੈਂਚੀ ਤੇ ਕਰਦੇ ਨਹੀਂ ਉੱਥੇ ਵਾਲ ਨਹੀਂ ਕੱਟੇ ਜਾਂਦੇ ਫਿਰ ਉਹਦਾ ਕਾਰਨ ਲੱਭਿਆ ਹੁਣ ਇੱਕ ਕੁੜੀ ਦੀ ਗੁੱਤ ਕੱਟੀ ਗਈ ਉਹਨੂੰ ਕਿਹਾ ਵੀ ਤੂੰ ਗੁੱਤ ਕਿਵੇਂ ਕੱਟੀ ਉਹ ਕਹਿੰਦੀ ਮੈਂ ਜਿਹੜੇ ਕੰਪਨੀ ਦੇ ਵਿੱਚ ਜੌਬ ਕਰਦੀਆਂ ਸਾਡੀ ਜਿਹੜੀ ਵਰਦੀ ਆ ਉਹ ਪੈਂਟ ਕਮੀਜ਼ ਆ ਪੈਂਟ ਕਮੀਜ਼ 'ਚ ਚਾਹੁੰਦੀ ਸੀ ਮੈਂ ਵੀ ਵਾਲ ਕਟਾ ਦਵਾ ਤੇ ਮੈਂ ਵਾਲ ਕਟਾਉਣ ਪਿੱਛੇ ਕਰਦਿਆਂ ਨੂੰ ਪੁੱਛਿਆ ਉਹ ਬਾਲ ਕਹਿੰਦੇ ਵੀ ਨਾ ਬਾਲ ਨਾ ਕਟਾਈ ਹੈਗੇ ਉਹਨਾਂ ਨੇ ਮਨਾ ਕਰਤਾ ਤੇ ਫਿਰ ਜਦ ਪਤਾ ਲੱਗਿਆ ਵੀ ਭੂਤ ਆਈ ਹੋਈ ਆ ਪੰਜਾਬ ਚ ਜਿਹੜੀ ਬਾਲ ਕੱਟਦੀ ਐ ਮੈਂ ਬਾਲ ਕੱਟ ਲੈ ਇੱਕ ਔਰਤ ਦੇ ਬਾਲ ਕੱਟੇ ਗਏ ਪਰ ਉਹਦਾ ਅਮਰਤ ਸ਼ੱਕਿਆ ਹੋਇਆ ਸੀ ਹੁਣ ਉਹ ਉਹਦਾ ਸੱਚ ਜਦੋਂ ਬਾਲ ਕੱਟੇ ਗਏ ਅਸੀਂ ਦੇਖਿਆ ਬਾਲਾਂ ਦੇ ਵਿੱਚ ਕੁਝ ਚਿੱਟੇ ਬਾਲ ਸੀ ਪਰ ਉਹਦੇ ਬਾਲ ਸਾਰੇ ਕਾਲੇ ਸੀ ਉਹ ਦੇਖਿਆ ਵੀ ਇਹ ਬਾਲ ਚਿੱਟੇ ਨੇ ਇਹ ਤਾਂ ਤੇ ਉਹ ਜਦ ਦੇਖਿਆ ਤੋ ਤਾਂ ਉਹਦੀ ਬੀਬੀ ਦਾ ਅਮਰਤ ਹਾਂਜੀ ਉਹਨੇ ਆਪਣਾ ਧਰਮ ਬਣੀ ਟੁੱਟਣ ਦਿੱਤਾ ਜਾਨੀ ਵਾਲ ਉਹਨੇ ਬਾਹਰੋਂ ਲਿਆ ਕੇ ਵਾਲ ਕਿਤੋਂ ਇਕੱਠੇ ਕਰਕੇ ਕਿਸੇ ਦੇ ਗਵੰਡਣ ਦੇ ਉਹ ਵਾਲ ਰੱਖਤੇ ਵੀ ਮੇਰੀ ਰਾਤ ਭੂਤ ਵਾਲ ਕੱਟ ਗਈ ਜਾਨੀ ਕਾਰਨ ਇਹ ਹੁੰਦਾ ਵੀ ਘਰ ਚ ਕੋਈ ਨਾ ਕੋਈ ਕਲੇਸ਼ ਹੁੰਦਾ ਤੰਗੀ ਹੁੰਦੀ ਆ ਜਿਹੜਾ ਬੰਦਾ ਉਹ ਮਾਨਸਿਕ ਰੋਗੀ ਬਣ ਜਾਂਦਾ ਉਹ ਫਿਰ ਕਹਿੰਦਾ ਵੀ ਮੇਰੇ ਭੂਤ ਵਾਲ ਕੱਟ ਗਈ ਉਹਦਾ ਕਾਰਨ ਇਦਾਂ ਦਾ ਹੁੰਦਾ ਤੇ ਉਹ ਇਹ ਘਟਨਾ ਜਿਹੜੀ ਉਹ ਹਫਤੇ ਦੇ ਵਿੱਚ ਵਿੱਚ ਅਸੀਂ ਨੇ ਬੰਦ ਕਰਤੀ ਆ ਬਹੁਤ ਸਾਰੇ ਇੱਥੇ ਵੀ ਪਟਿਆਲੇ 'ਚ ਇੱਕ ਕੇਸ ਆਇਆ ਸੀ ਉਹਦੇ ਵਾਲ ਕੱਟੇ ਗਏ ਸੀ ਮੁੰਡੇ ਦੇ ਉਹ ਫਿਰ ਪਤਾ ਲੱਗਿਆ ਉਹ ਕਹਿੰਦਾ ਵੀ ਮੇਰੇ ਡੈਡੀ ਵਾਲ ਨਹੀਂ ਕਟਾਉਂ ਦਿੰਦੇ ਸੀ ਮੈਂ ਇਸ ਕਰਕੇ ਰਾਤ ਨੂੰ ਆਪਣੇ ਆਪ ਕੱਟ ਲਿਆ ਤੇ ਇਹ ਫਟਾਫਟ ਜਿਹੜੀ ਥੋੜੇ ਦਿਨਾਂ ਦੇ ਵਿੱਚ ਇਹ ਸਮਾਪਤ ਹੋ ਗਈ ਜਿੱਦਾਂ ਦਿੱਲੀ ਦੇ ਵਿੱਚ ਮੰਕੀ ਮੈਨ ਆਇਆ ਉਹ ਕਹਿੰਦੇ ਮੰਕੀ ਮੈਨ ਉਹ ਛਾਲ ਮਾਰ ਕੇ ਤਿੰਨ ਤਿੰਨ ਮੰਜ਼ਲਾ ਇਮਾਰਤ ਦੇ ਉੱਤੇ ਚੜ ਜਾਂਦਾ ਉੱਥੋਂ ਛਾਲ ਮਾਰ ਕੇ ਲੋਕਾਂ ਦੇ ਪੰਜੇ ਮਾਰਦਾ ਤੇ ਜ਼ਖਮੀ ਕਰ ਦਿੰਦਾ ਹਸਪਤਾਲਾਂ ਦੇ ਵਿੱਚ ਬਹੁਤ ਲੋਕ ਤੇ ਜਿਹੜੇ ਉਦੋਂ ਦਾਖਲ ਹੋਏ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਜਿਹੜੇ ਉਹਨਾਂ ਦੇ ਮੂੰਹ ਦੇ ਉੱਤੇ ਨਿਸ਼ਾਨ ਪਾਏ ਹੋਏ ਸੀ ਤਾਂ ਉਹਨਾਂ ਦੇ ਨੋਹਾਂ ਦੇ ਨਿਸ਼ਾਨ ਸੀ ਅਸਲ 'ਚ ਹਿਸਟੇਰੀਆ ਨਾਂ ਦਾ ਰੋਗ ਹੈ ਜਿਨ੍ਹਾਂ ਨੂੰ ਭੂਤ ਪ੍ਰੇਤ ਚਿੰਬੜ ਦੀਆ ਡਾਕਟਰ ਕਹਿੰਦੇ ਨੇ ਵੀ ਇਹ ਹਿਸਟੇਰੀਆ ਨਾਂ ਦਾ ਰੋਗ ਹੁੰਦਾ ਉਹਨਾਂ ਨੂੰ ਬਹਿਮ ਹੋ ਜਾਂਦਾ ਕਈ ਵਾਰੀ ਸਾਰੇ ਸਮਾਜ ਨੂੰ ਇਹ ਹਿਸਟੇਰੀਆ ਹੋ ਜਾਂਦਾ ਉਹ ਸਮਾਜ ਨੂੰ ਹਿਸਟਰੀਆ ਹੋ ਗਿਆ ਤੇ ਉਹ ਅਫਵਾਹ ਫੈਲੀ ਤੇ ਲੋਕਾਂ ਨੂੰ ਲੱਗਦਾ ਸੀ ਵੀ ਹੁਣ ਨਾ ਆਜੇ ਤੇ ਕਈ ਵਾਰੀ ਡਰ ਕੇ ਬੰਦਾ ਮਾਨਸਿਕ ਰੋਗੀ ਬਣ ਕੇ ਆਪਣੇ ਮੂੰਹ ਤੇ ਆਪਣੇ ਆਪ ਹੀ ਨੌਂਦਰਾ ਬਾਹਰ ਲੰਦਾ ਸੀ ਤੇ ਉਹ ਫਿਰ ਸਮਾਜ ਮਾਨਸਿਕ ਰੋਗੀ ਜਿੱਦਾਂ ਤੁਸੀਂ ਕਿਸੇ ਇਕੱਠ ਦੇ ਵਿੱਚ ਜਾ ਕੇ ਕਹਿ ਦਿਓ ਵੀ ਆਹ ਚੀਜ਼ ਨਾ ਖਾਓ ਇਹਦੇ ਵਿੱਚ ਜ਼ਹਿਰੀਲੀ ਚੀਜ਼ ਪਾਈ ਹੋਈ ਆ ਲੋਕ ਖਾ ਰਹੇ ਨੇ ਤੇ ਉਦੋਂ ਬਾਅਦ ਸਾਰੇ ਚੱਕਰ ਖਾ ਖ ਕੇ ਡਿੱਗਣ ਲੱਗ ਜਾਣਗੇ ਜਦੋਂ ਉਹਨਾਂ ਨੂੰ ਵਹਿਮ ਹੋ ਜਾਊਗਾ ਤੇ ਅਸੀਂ ਇਸ ਤਰ੍ਹਾਂ ਦਾ ਫਿਰ ਜਿੱਥੇ ਵੀ ਕੋਈ ਕਟਨਾ ਵਾਪਰਦੀ ਹੈ ਉੱਥੇ ਜਾਂਦੇ ਆ ਲੋਕਾਂ ਨੂੰ ਦੱਸਦੇ ਆ ਕਿਤੇ ਵੀ ਕਿਉਂਕਿ ਸਾਡੇ ਸਮਾਜ 'ਚ ਇਦਾਂ ਦੀਆਂ ਕਟਨਾਵਾਂ ਵਾਪਰਦੀਆਂ ਨੇ ਕਦੇ ਸੂਲਾ ਦੇ ਵਿੱਚੋਂ ਪਾਣੀ ਨਿਕਲਿਆ ਉਹਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਕਿਤੇ ਸਮਾਣੇ ਕੋਲ ਇੱਕ ਪਿੰਡ ਹੈ ਉੱਥੋਂ ਇੱਕ ਛੱਪੜਾ ਉਹਦੇ 'ਚ ਨਹਾਉਣ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਕਿਤੇ ਬਠਿੰਡੇ ਜ਼ਿਲ੍ਹੇ 'ਚ ਇੱਕ ਚੁੱਗੇ ਕਲਾਂ ਪਿੰਡ ਹੈ ਉੱਥੇ ਬਾਬਾ ਸੋਟੀ ਲਾਉਂਦਾ ਉਹ ਬਿਮਾਰੀਆਂ ਦੂਰ ਕਰਦਾ ਕਿਤੇ ਘਨੌਰ ਕੋਲ ਇੱਕ ਪਿੰਡ ਹੈ ਉੱਥੇ ਨਿੰਮ ਦੇ ਵਿੱਚੋਂ ਪਾਣੀ ਨਿਕਲ ਰਿਹਾ ਉਹ ਪਾਣੀ ਪੀ ਕੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਲੋਕ ਵਿਚਾਰੇ ਲੱਖਾਂ ਦੀ ਗਿਣਤੀ ਚ ਉਥੇ ਜਾਂਦੇ ਆ ਅਸੀਂ ਫਿਰ ਉਹ ਦੱਸ ਦਿਆਂ ਵੀ ਇਹ ਪਾਣੀ ਆ ਜਿਹੜਾ ਕੁਦਰਤੀ ਇਹ ਜਿੱਦਾਂ ਉਹਦੇ ਵਿੱਚ ਪੱਤੇ ਨਿੰਮ ਦੇ ਪੀਲੇ ਹੋ ਜਾਂਦੇ ਨੇ ਜਿੱਦਾਂ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਜਦੋਂ ਟਾਣੀ ਤੋੜਦੇ ਆ ਉਹ ਤੁਪਕਾ ਤੁਪਕਾ ਉਹਦੇ ਵਿੱਚੋਂ ਪਾਣੀ ਆ ਜਿਹੜਾ ਡਿੱਗਦਾ ਰਹਿੰਦਾ ਕਿਉਂਕਿ ਹਵਾ 'ਚ ਪਾਣੀ ਪੱਤਿਆਂ 'ਚ ਛੱਡਣਾ ਹੁੰਦਾ ਜੇ ਪੱਤੇ ਝੜ ਜਾਣ ਉਹ ਪਾਣੀ ਉਹਦੇ ਵਿੱਚ ਜਮਾ ਰਹਿੰਦਾ ਤੇ ਫਿਰ ਉਸ ਤੋਂ ਬਾਅਦ ਛੇਤੀ ਲੋਕ ਹਟ ਜਾਂਦੇ ਤਾਂ ਬਿਲਕੁਲ ਮੈਂ ਕਮਾਂਗਾ ਕਿ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਮਤਲਬ ਸਾਰਾ ਕੁਝ ਜਿਹੜਾ ਸਾਹਮਣੇ ਲਿਆਇਆ ਲੋਕਾਂ ਨੂੰ ਅਨਦੇਸ਼ਵਾਸ ਤੋਂ ਦੂਰ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੈ ਇੱਕ ਮੈਸੇਜ ਦਿੱਤਾ ਤੁਸੀਂ ਕਿਉਂਕਿ ਲੋੜ ਹੈ ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਕਿ ਆਖਿਰਕਾਰ ਅਨਦੇਸ਼ਵਾਸ ਜਿਹੜਾ ਇਸ ਅੱਜ ਦੇ ਸਮੇਂ ਦੇ ਵਿੱਚ ਇਸ ਪੱਧਰ ਤੇ ਵੱ ਚੁੱਕਿਆ ਹੈ ਕਿ ਲੋਕ ਇਸ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਅਤੇ ਫਸਦੇ ਜਾ ਰਹੇ ਨੇ ਇਸ ਜਾਲ ਦੇ ਵਿੱਚ ਤਾਂ ਇਹ ਰਾਮਕਮਾਰ ਜੀ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਮਤਲਬ ਸਾਹਮਣੇ ਲਿਆ ਕੇ ਦੱਸਿਆ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਉਹ ਲੋਕ ਨੇ ਜਿਹੜੇ ਪੈਸਾ ਕਮਾਉਣ ਦੇ ਲਈ ਪੋਲੇ ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਕੈਮਰਾ ਪਰਸਨ ਵਿਪਨ ਮਹਿਰਾ ਦੇ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ